जी का खालसा वाहिगुरु जी की फतेह। सतनाम वाहिगुरु जी पौड़ी बाबा फिर मक्के गया नील वस्त्र तारे बनवारी बाबा फिर मक्के गया नील वस्त्र तारे बनवारी आशा हाथ किताब कछ कूजा बांग मुसल्ला तारी बैठा जाए मसीत विचे जिथे हाजी हाज गुजारी जां बाबा सुता रात नौ वल महरा बे पाए पसारी जीवन मारी लत दी केड़ा सुता कुफर कुफारी लत्तां वाले खुदाए दे क्यों कर पया होए बजगारी टंगों पकड़ कसीटिया फिरिया मक्का करा दिखारी होई हैरान करेन जुआरी होई हैरान करेन जुहारी वाहिगुरु जी का खालसा वाहिगुरु जी की फतेह। गुरदेव पातशाह जी दी पावन पवित्र हजूरी दी अंदर सुशोभित गुरु खालसा सतसंग जी तनता दे योग हों गुरु दरबार के अंदर हाजरियां भर के जीवन दियां घड़ियां नू सफलियां कर रहे हों गुरबाणी दा रसपिन्ना कीर्तन ते हजूर दा अमृत वेले दा फुरमान आप जी ने श्रवण कीता है आनंद माणिया है। लड़ीवार बाणी विचार सत्कार योग श्रीमान भाई साहिब भाई गुरदास जी जो कि इस 32 नंबर पौड़ी दे अंदर बाबा जी दी उदासियां दा जिक्र करदे होए कि सुमेर पर्वत ते सिद्धां नूं निहाल करदे फिर हजूर उन्हां वड्डियां सुमेर पर्वत दे पहाड़ां तों थले उतर के मैदानी इलाकियां जंगलां दा पहाड़ां दा सफर करदे नदियां नाले दरियावां नूं पार करदे ते सूरत दी बंदरगाह तो शिप दे अंदर बैठ के जद्दा अरब कंट्रियां दी पोर्ट ए बंदरगाह ते जाके उतरदे हन ते उत्थों दा जिक्र चल रहा सी कि बाबा जी ने उत्थे जाण दे वास्ते उचेचे तौर ते एक भेख बनाया ऐसा भेख उन्हां धारण कीता। सतगुरु जी ने नीले रंग दे वस्त्र दो बार धारण कीते ने पर सानू बहुत घट पता है याद सारियां नू है। एक बार ते गुरु नानक साहब ने जदों मक्के गए ने ते दूसरी बार कलगीधर दशमेश पिता साहिब श्री गुरु गोबिंद सिंह जी महाराज जदों माछीवाड़े तो निकले ने उदों नीले वस्त्र सतगुरु जी ने इत्थे ये नीले वस्त्र धारण कीते। इन्हां दी रवायत सी कि जिहड़ा मक्के हज करन वास्ते मक्के दी यात्रा करन वास्ते जावे हाजी बन के जावे वो चेचे तौर ते नीले रंग दे वस्त्र धारण करे
ਉਹਦੇ ਕੋਲ ਮੁਸ਼ੱਲਾ ਵੀ ਹੋਵੇ, ਉਹਦੇ ਹੱਥ ਦੇ ਅੰਦਰ ਆਸ਼ਾ ਕਹੀਏ ਛੋਟਾ ਵੀ ਹੋਵੇ। ਕੁਝ ਰੇਗਿਸਤਾਨ ਦਾ ਇਲਾਕਾ ਪੈਦਲ ਵੀ ਸਫ਼ਰ ਕਰਨਾ ਪੈਂਦਾ ਸੀ, ਕਿਉਂਕਿ ਉਸ ਜਦਾਹ ਦੀ ਬੰਦਰਗਾਹ ਤੋਂ ਉਤਰ ਕੇ ਤਕਰੀਬਨ 60-70 ਕਿਲੋਮੀਟਰ ਦਾ ਫਾਸਲਾ ਹੈ, ਜਿੱਥੇ ਕਿ ਉਹ ਮੱਕਾ ਸ਼ਹਿਰ ਅਤੇ ਪਵਿੱਤਰ ਕਾਬਾ ਮਸਜਿਦ ਬਣੀ ਹੋਈ ਹੈ। ਇਹ ਕੂਜਾ ਕੋਲ ਰੱਖਣਾ ਜੋ ਹਾਜੀ ਲੋਕ ਰੱਖਦੇ ਸਨ, ਉਹਦੇ ਵਿੱਚ ਪਾਣੀ ਰੱਖਣਾ, ਅਤੇ ਕੁਝ ਬਹੁਤ ਜ਼ਰੂਰੀ ਜੋ ਅਤ ਜ਼ਰੂਰੀ ਸਮਾਨ ਹੋਵੇ ਉਹ ਨਾਲ ਰੱਖਣਾ। ਹੋਰਨਾਂ ਵੀ ਪੋਥੀਆਂ ਦੇ ਅੰਦਰ ਚੰਗੀ ਤਰ੍ਹਾਂ ਘੋਖਿਆ, ਵਿਚਾਰਿਆ ਅਤੇ ਪੜਤਾਲ ਕੀਤੀ, ਉੱਥੇ ਫਿਰ ਸ਼ਬਦ ਪਹਿਲਾਂ ਆਉਂਦਾ, ਫਿਰ ਬਾਬਾ ਮੱਕੇ ਗਿਆ। ਅਤੇ ਇਸ ਪੋਥੀ ਦੇ ਅੰਦਰ ਇਹ ਹੀ ਲਿਖਿਆ, ਬਾਬਾ ਫਿਰ ਮੱਕੇ ਗਿਆ। ਇਹਦਾ ਭਾਵ ਕਿ ਸੁਮੇਰ ਪਰਬਤ ਤੋਂ ਬਾਅਦ ਬਾਬਾ ਜੀ ਫਿਰ ਉਸ ਤੋਂ ਬਾਅਦ ਮੱਕੇ ਨੂੰ ਗਏ। ਨੀਲੇ ਵਸਤਰ ਧਾਰਨ ਕੀਤੇ, ਛੋਟਾ ਹੱਥ ਵਿੱਚ ਹੈ, ਸਫ਼ਰ ਕਰਨ ਵਾਸਤੇ ਰੇਤਲੇ ਇਲਾਕੇ ਦੇ ਵਿੱਚੋਂ ਲੰਘਣਾ। ਕੁਜਾ ਉਹਨਾਂ ਦੇ ਕੋਲ ਹੈ ਅਤੇ ਮੁਸ਼ੱਲਾ, ਮੁਸ਼ੱਲਾ ਤੋਂ ਹੀ ਸ਼ਬਦ ਮੁਸਲਮਾਨ ਬਣਿਆ, ਧਿਆਨ ਦੇਣਾ। ਇਹ ਨਮਾਜ਼ੀ, ਨਮਾਜ਼ ਪੜ੍ਹਨ ਵਾਲੇ ਜੋ ਪੰਜ ਵਕਤ, ਪੰਜ ਨਿਵਾਜ਼ਾਂ, ਵਕਤ ਪੰਜ, ਪੰਜਾਂ, ਪੰਜੇ ਨਾਂ ਬਕਾਇਦਾ ਬਾਣੀ ਦੇ ਅੰਦਰ ਹਜ਼ੂਰ ਨੇ ਜ਼ਿਕਰ ਕੀਤਾ ਹੈ। ਪਹਿਲਾਂ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ਼ਮਨ, ਇਹ ਸਾਰੇ ਸ਼ਬਦ ਦੇ ਅੰਦਰ ਇਸਲਾਮ ਮਤ ਦੇ ਧਾਰਨੀਆਂ ਨੂੰ ਉਪਦੇਸ਼ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਮੁਸੱਲਾ ਉਹ ਵਸਤਰ ਇੱਕ ਆਸਣ ਦੇ ਰੂਪ ਦੇ ਅੰਦਰ, ਇੱਕ ਪਰਨੇ ਦੇ ਰੂਪ ਦੇ ਅੰਦਰ ਮੋਢੇ 'ਤੇ ਰੱਖਿਆ ਹੋਣਾ, ਉਸ ਨੂੰ ਡਬਲ ਕਰਕੇ ਦੂਰਾ ਕਰਕੇ ਵਿਛਾ ਲੈਣਾ ਅਤੇ ਉਹਦੇ ਉੱਪਰ ਗੋਡੇ ਮੂਹਦੇ ਮਾਰ ਕੇ ਬੈਠਣਾ ਅਤੇ ਹੱਥ ਅੱਗੇ ਕਰ ਲੈਣੇ ਜਾਂ ਹੱਥ ਪਿੱਛੇ ਕਰ ਲੈਣੇ ਜਾਂ ਹੱਥ ਪੁੱਠੇ ਕਰਕੇ ਫਿਰ ਸਜਦਾ ਕਰਨਾ, ਨਮਸਕਾਰ ਕਰਨੀ, ਜਿਸ ਢੰਗ ਦੇ ਨਾਲ ਉਹਨਾਂ ਦਾ ਨਮਾਜ਼ ਪੜ੍ਹਨ ਦਾ ਤਰੀਕਾ ਹੈ। ਬਾਬਾ ਫਰੀਦ ਜੀ ਨੇ ਵੀ ਮੁਸੱਲੇ ਦੀ ਗੱਲ ਕੀਤੀ ਹੈ। ਫਰੀਦਾ ਕੰਨ ਮੁਸੱਲਾ ਮੋਢੇ 'ਤੇ, ਸ਼ੂਫ ਗੱਲ, ਦਿਲ ਕਾਤੀ ਗੁੜਵਾ, ਮੁਸੱਲਾ 'ਤੇ ਤੂੰ ਧਾਰਨ ਕੀਤਾ ਹੈ, ਅਤੇ ਵਸਤਰ ਵੀ ਉਸ ਤਰ੍ਹਾਂ ਦੇ ਭੇਖ ਧਾਰਨ ਕੀਤਾ, ਹਾਜੀਆਂ ਵਾਲੇ ਪਹਿਨੇ ਹੋਏ ਨੇ, ਜ਼ਬਾਨ ਦੇ ਨਾਲ ਬੜੇ ਮਿੱਠੇ ਮਿੱਠੇ ਬਚਨ ਬੋਲਣਾ ਪਿਆ, ਪਰ ਦਿਲ ਕਾਤੀ ਅੰਦਰ ਤੇਰੇ ਕੈਂਚੀ ਪਕੜੀ ਹੋਈ ਹੈ, ਕਿਸੇ ਨਾ ਕਿਸੇ ਢੰਗ ਦੇ ਨਾਲ ਦੂਸਰੇ ਦੀਆਂ ਜੜ੍ਹਾਂ ਕੱਟਦੇ ਹਾਂ, ਦੂਸਰੇ ਦੀ ਬੁਰਾਈ, ਇਹਦਾ ਭਾਵ ਇਹ ਹੈ। ਬਾਹਰੋਂ ਤਾਂ ਜਿਹੜਾ ਭੇਖ ਧਾਰਨ ਕੀਤਾ ਵੇਖਣ ਨੂੰ ਇੰਝ ਲੱਗਦਾ ਬੜਾ ਧਰਮਾਤਮਾ, ਬੜਾ ਮਹਾਂਪੁਰਸ਼ ਹੋਵੇਗਾ, ਬੜੀ ਕਰਨੀ ਵਾਲਾ, ਬੜਾ ਨਿਤਨੇਮੀ, ਬੜਾ ਗੁਰਮੁਖ ਹੋਵੇਗਾ, ਬਾਹਰ ਦਿਸ਼ਾ ਚਾਨਣਾ ਦਿਲ ਅੰਧਿਆਰੀ ਰਾਤ, ਕਿਉਂਕਿ ਅੰਦਰ ਕੈਂਚੀ ਚੱਲਦੀ ਪਈ ਹੈ, ਅੰਦਰ ਦੂਸਰੇ ਦੀ ਬੁਰਾਈ ਬੈਠੀ ਹੋਈ ਹੈ। ਉਸ ਮੁਸੱਲੇ ਨੂੰ ਵਿਛਾ ਕੇ ਉਹਦੇ ਉੱਪਰ ਬੈਠਣਾ ਜਿਹਦੇ ਉੱਪਰ ਬੈਠ ਕੇ ਨਮਾਜ਼ ਪੜ੍ਹਦੇ ਸਨ, ਅੱਗੋਂ ਵਿਦਵਾਨ ਨੇ ਹੋਰ ਖੋਜ ਕੀਤੀ, ਥੋੜ੍ਹਾ ਹੋਰ ਗਹਿਰਾਈ ਦੇ ਅੰਦਰ ਗਿਆ, ਕਹਿੰਦਾ ਜਿਸ ਮੁਸੱਲੇ ਨੂੰ ਵਿਛਾਇਆ ਗਿਆ ਕਿਧਰੇ ਤੇਰਾ ਮਨ ਵੀ ਇਸ ਤਰ੍ਹਾਂ ਵਿਛ ਜਾਵੇ, ਮਨ ਵੀ ਇਸ ਤਰ੍ਹਾਂ ਨਿਮਰਤਾ ਦੇ ਵਿੱਚ ਆ ਜਾਵੇ, ਮਨ ਤੂੰ ਮਤ ਮਾਣ ਕਰੇ। ਹੁਣੇ ਭਾਈ ਸਾਹਿਬ ਜੀ ਸ਼ਬਦ ਪੜ੍ਹ ਕੇ ਗਏ ਨੇ, ਜਿਉਂ ਕਿਸ ਜਾਣਦਾ ਗੁਰਮੁਖ
ਨਿਮਾਣਾ ਹੋ। ਜਿਸ ਤਰ੍ਹਾਂ ਮੁਸੱਲੇ ਨੂੰ ਤੂੰ ਵਿਛਾਇਆ ਉਹਦੇ ਉੱਪਰ ਬੈਠ ਗਿਆ, ਇਸ ਤਰ੍ਹਾਂ ਤੇਰਾ ਮਨ ਵੀ ਕਦੇ ਵਿੱਚ ਜਾਵੇ। ਅਤੇ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ, ਮੈਂ ਉਹਨਾਂ ਦਾ ਇੱਕ ਬਚਨ ਪੜ੍ਹ ਰਿਹਾ ਸਾਂ, ਉਹ ਧਿਆਨ ਵਿੱਚ ਆਇਆ। ਕਹਿਣ ਲੱਗੇ, ਵਿਛਜਾ ਵਾਂਗ ਗਲੀਚੇ ਦਰ ਤੇ ਵਿਛਿਆ ਰਹੋ, ਮਨ ਵਿਛਿਆ ਰਹੋ। ਜਿਸ ਤਰ੍ਹਾਂ ਕਾਲੀਨ ਵਿਛੇ ਹੋਏ ਨੇ, ਇਹ ਤਾਂ ਨਹੀਂ ਕਹਿੰਦੇ ਹੁਣ ਸਵੇਰੇ ਤੁਸੀਂ ਇੱਥੇ ਬੈਠੇ ਹੋਏ ਸੀ, ਹੁਣ ਫੇਰ ਆ ਕੇ ਬੈਠ ਗਏ। ਅੱਕਦੇ ਨਹੀਂ, ਥੱਕਦੇ ਨਹੀਂ। ਜਿਸ ਤਰ੍ਹਾਂ ਇਹ ਹਰ ਵੇਲੇ ਵਿਛੇ ਰਹਿੰਦੇ ਹਨ, ਕਿਧਰੇ ਇਸ ਤਰ੍ਹਾਂ ਤੇਰੇ ਮਨ ਦੀ ਅਵਸਥਾ ਐਸੀ ਬਣ ਜਾਵੇ। ਵਿਛਜਾ ਵਾਂਗ ਗਲੀਚੇ ਦਰ ਤੇ ਵਿਛਿਆ ਰਹੋ, ਮਨ ਵਿਛਿਆ ਰਹੋ। ਜੋਰ ਨਾ ਕੋਈ, ਹੱਠ ਨਾ ਰੱਤਾ, ਆਪੇ ਭੇਟਾ ਧਰ ਕੇ ਬਹੁ। ਆਪਣਾ ਆਪ ਭੇਟ ਕਰਕੇ ਗੁਰੂ ਨੂੰ ਸਮਰਪਿਤ, ਤਨ ਮਨ ਧਨ ਸਭ ਸੌਂਪ ਗੁਰ ਕੋ। ਧਰਤੀ ਜਿਵੇਂ ਵਿਛੀ ਧਰ ਆਸ਼ਾ, ਮਿਹਰਾਂ ਮੀਂਹ ਉਡੀਕਾਂ ਵਿੱਚ। ਜਿਵੇਂ ਗਰਮੀਆਂ ਦੇ ਦਿਨਾਂ ਦੇ ਅੰਦਰ ਸੋਕਾ ਲੱਗ ਜਾਂਦਾ ਹੈ ਤਪਸ਼ ਦੇ ਕਾਰਨ, ਧਰਤੀ ਸੁੱਕ ਜਾਂਦੀ ਹੈ, ਪਸ਼ੂ ਪੰਛੀ ਵਿਆਕੁਲ ਹੋ ਜਾਂਦੇ ਹਨ, ਅਤੇ ਇਸ ਇੰਤਜ਼ਾਰ ਦੇ ਅੰਦਰ ਕਦੇ ਬਾਰਿਸ਼ ਆਏਗੀ, ਕਦੇ ਮੀਂਹ ਆਏਗਾ, ਕਦੇ ਰੱਬ ਦੇ ਮਿਹਰ ਹੋਵੇਗੀ, ਫਿਰ ਹਰਿਆਵਲ ਅਤੇ ਹਰਾ ਹਰਾ ਘਾਹ ਮੇਰੇ ਵਿੱਚੋਂ ਪੈਦਾ ਹੋਏਗਾ। ਧਰਤੀ ਜਿਵੇਂ ਵਿਛੀ ਧਰ ਆਸ਼ਾ, ਮਿਹਰਾਂ ਮੀਂਹ ਉਡੀਕਾਂ ਵਿੱਚ। ਮਿਹਰਾਂ ਮੀਂਹ ਵਰਸਾਵਣ ਵਾਲਾ, ਆਪੇ ਤਰੁੱਠ ਸੀ ਤੇਰਾ ਸ਼ਉ। ਤੂੰ ਜਿਸ ਵੇਲੇ ਇਸ ਤਰ੍ਹਾਂ ਵਿਛਿਆ ਰਵੇਗਾ ਨਾ, ਇਸ ਕਾਲੀਨ ਇਸ ਗਲੀਚੇ ਦੀ ਤਰ੍ਹਾਂ, ਅਤੇ ਫਿਰ ਤੇਰੇ ਉੱਪਰ ਉਹ ਮਿਹਰ ਕਰੇਗਾ, ਤਰੁੱਠ ਪਏਗਾ ਤੇਰੇ ਉੱਪਰ, ਰਹਿਮਤ ਕਰੇਗਾ। ਹੁਣ ਗੁਰਮਤਿ ਸਿਧਾਂਤ ਸਾਹਮਣੇ ਆਉਂਦਾ ਹੈ, ਕਹਿੰਦੇ ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਮੁਸਲਮਾਨ ਕਹਾਉਣਾ ਬੜਾ ਮੁਸ਼ਕਲ ਹੈ, ਬਾਹਰੋਂ ਭੇਖ ਧਾਰਨ ਕਰ ਲੈਣਾ, ਸੁੰਨਤ ਕਰਵਾ ਲੈਣੀ, ਨਮਾਜ਼ ਪੜ੍ਹ ਲੈਣੀ ਬੜਾ ਸੌਖਾ ਕੰਮ ਹੈ, ਪਰ ਅੰਦਰੋਂ ਮੋਮਨ ਬਣ ਜਾਣਾ, ਅੰਦਰੋਂ ਧਰਮੀ ਬਣ ਜਾਣਾ, ਮੁਸਲਮਾਨ ਕਹਾਵਣ ਮੁਸ਼ਕਲ। ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਇਹ ਪਹਿਲਾ ਉਪਦੇਸ਼ ਉੱਥੇ ਸੀ ਉਸੇ ਸੁਲਤਾਨਪੁਰ ਦੀ ਧਰਤੀ 'ਤੇ, ਜਦੋਂ ਹਜ਼ੂਰ ਦੇ ਬਚਨ ਸੁਣੇ, ਨਾ ਕੋ ਹਿੰਦੂ ਨਾ ਮੁਸਲਮਾਨ, ਅਤੇ ਕਾਜੀ ਨੇ ਆਖਿਆ ਫਿਰ ਸਾਡੇ ਨਾਲ ਚੱਲ ਕੇ ਨਮਾਜ਼ ਪੜ੍ਹੋ। ਹਜ਼ੂਰ ਕਹਿੰਦੇ ਚਲੋ, ਸਾਰੇ ਸੁਲਤਾਨਪੁਰ ਦੇ ਅੰਦਰ ਰੌਲਾ ਪੈ ਗਿਆ, ਨਾਨਕ ਮੁਸਲਮਾਨ ਹੋਣ ਚੱਲੇ, ਮੁਸਲਮਾਨ ਬਣਨ ਵਾਸਤੇ ਮਸੀਤੇ ਚੱਲੇ, ਨਮਾਜ਼ ਪੜ੍ਹੇਗਾ, ਕਲਮਾ ਪੜ੍ਹੇਗਾ, ਸਜਦਾ ਕਰੇਗਾ, ਉਹਨਾਂ ਕਾਜ਼ੀਆਂ ਮੁਲਾਣਿਆਂ ਦੇ ਨਾਲ ਚੱਲੇ। ਪਰ ਜਿਸ ਵੇਲੇ ਸਤਿਗੁਰੂ ਉੱਥੇ ਗਏ, ਉਹਨਾਂ ਨਮਾਜ਼ ਪੜ੍ਹੀ, ਨਵਾਬ ਵੀ ਨਾਲ ਸੀ, ਉਹ ਕਾਜ਼ੀ ਮੁੱਲਾਂ ਵੀ ਨਾਲ ਸਨ, ਸਾਰਿਆਂ ਨੇ ਨਮਾਜ਼ ਪੜ੍ਹੀ। ਨਮਾਜ਼ ਪੜ੍ਹਦੇ ਪਏ ਨੇ ਇੱਧਰਲੇ ਪਾਸੇ, ਖੁਦਾ ਦੇ ਘਰ ਵੱਲ, ਮੱਕੇ ਮਦੀਨਾ ਮੱਕੇ ਕਾਬੇ ਵੱਲ ਮੱਥਾ ਟੇਕਦੇ, ਸਜਦਾ ਕਰਦੇ ਪਏ ਨੇ, ਪਰ ਵਾਰ ਵਾਰ ਤਿਰਛੀ ਨਜ਼ਰ ਨਾਲ ਇੱਧਰ ਨੂੰ ਵੀ ਵੇਖ ਲੈਂਦੇ ਨੇ, ਗੁਰੂ ਨਾਨਕ ਪੜ੍ਹਦੇ ਪਏ ਨੇ ਕਿ ਨਹੀਂ ਪੜ੍ਹਦੇ ਪਏ। ਨਮਾਜ਼ ਇੱਧਰ ਪੜ੍ਹਦੇ ਪਏ ਨੇ, ਧਿਆਨ ਉੱਧਰ ਹੈ। ਇਸੇ ਲਈ ਬਾਬਾ ਜੀ ਨੇ ਆਖਿਆ ਮੁਸਲਮਾਨ ਕਹਾਵਣ ਮੁਸ਼ਕਲ, ਬੜਾ ਮੁਸ਼ਕਲ ਹੈ। ਜਾਂ ਹੋਈ ਤਾਂ ਮੁਸਲਮਾਨ ਕਹਾਵੇ। ਕੋਈ ਐਸਾ ਹੋਵੇ ਤਾਂ ਮੁਸਲਮਾਨ ਬਣੇਗਾ, ਉਸਨੇ ਪੁੱਛਿਆ ਕਿਵੇਂ ਦਾ, ਕਿਸ ਤਰ੍ਹਾਂ ਬਣੇਗਾ। ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸ਼ਾਵੇ। ਸਤਿਗੁਰੂ ਜੀ ਦੇ ਬੜੇ ਪਿਆਰੇ ਉਪਦੇਸ਼ ਇਹ ਬਚਨ ਸਨ। ਜਿਸ ਤਰ੍ਹਾਂ
ਅੱਜ ਕੱਲ੍ਹ ਦੇ ਸਮੇਂ ਦੇ ਅੰਦਰ ਇੰਗਲਿਸ਼, ਤੁਸੀਂ ਕਿਸੇ ਵੀ ਕੰਟਰੀ ਦੇ ਅੰਦਰ ਕਿਸੇ ਵੀ ਜਗ੍ਹਾ ਚਲੇ ਜਾਓ, ਹਰੇਕ ਜਗ੍ਹਾ ਉਹ ਕੰਮ ਦੇ ਜਾਂਦੀ ਹੈ। ਉਸ ਵੇਲੇ ਇਹ ਅਰਬੀ ਅਤੇ ਫਾਰਸੀ ਪ੍ਰਧਾਨ ਸੀ, ਸਤਿਗੁਰੂ ਰੰਜਨ ਜੋ ਉਹ ਇੱਥੇ ਅਕਸ਼ਰ ਵਰਤੇ ਨੇ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ, ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਮੁਸ਼ਾਵੈ। ਜਿਸ ਤਰ੍ਹਾਂ ਕੱਲ੍ਹ ਇੱਕ ਸ਼ਬਦ ਆਇਆ ਸੀ ਤਿਲੰਗ ਰਾਗ ਦਾ, ਜੋ ਉਸਨੂੰ ਕੁਤਬਦੀਨ ਨੂੰ ਸਮਝਾ ਰਹੇ ਸਨ, ਯੱਕ ਫਾਰਸੀ ਦੇ ਅੰਦਰ ਅਰਜ਼, ਬੇਨਤੀ ਕਰਨੀ, ਅਰਦਾਸ ਕਰਨੀ, ਯੱਕ ਦਾ ਭਾਵ ਇੱਕ ਦੇ ਅੱਗੇ। ਇਸੇ ਤਰ੍ਹਾਂ ਸਤਿਗੁਰੂ ਕਹਿਣ ਲੱਗੇ ਅਵਲ ਸਾਰਿਆਂ ਤੋਂ ਪਹਿਲਾਂ, ਪਹਿਲਾਂ ਕੀ ਹੈ? ਕਹਿੰਦੇ ਸਾਰਿਆਂ ਤੋਂ ਪਹਿਲਾਂ ਤਾਂ ਖੁਦਾ ਹੈ, ਉਸ ਤੋਂ ਦੂਸਰੇ ਨੰਬਰ 'ਤੇ ਜੋ ਇਹ ਸੰਸਾਰ ਦੇ ਅੰਦਰ ਜੀਵ ਪੈਦਾ ਕੀਤੇ ਨੇ, ਇਹਨਾਂ ਜੀਵਾਂ ਦੇ ਅੰਦਰ ਜੋ ਮਨੁੱਖ ਸ਼੍ਰੇਣੀ, ਮਨੁੱਖੀ ਸਮਾਜ ਪੈਦਾ ਕੀਤਾ, ਉਹਦੇ ਅੰਦਰ ਇਨਸਾਨੀਅਤ ਅਵਲ, ਸਭ ਤੋਂ ਪਹਿਲਾਂ। ਦੀਨ ਕਰ ਮਿੱਠਾ, ਉਹਨੂੰ ਦੀਨ ਆਪਣਾ ਧਰਮ ਬਹੁਤ ਪਿਆਰਾ, ਬਹੁਤ ਚੰਗਾ ਲੱਗਦਾ ਹੋਵੇ, ਉਸਦੇ ਦੀਨ ਉਸਦੇ ਧਰਮ ਦੇ ਵਿੱਚੋਂ ਮਿਠਾਸ ਆ ਰਹੀ ਹੋਵੇ, ਇਸ ਲਈ ਚੰਗਾ ਲੱਗਦਾ ਹੋਵੇ। ਕਿਸ ਤਰ੍ਹਾਂ ਮਿਠਾਸ ਆਵੇ, ਕਿਸ ਤਰ੍ਹਾਂ ਦੀਨ ਚੰਗਾ ਲੱਗੇ? ਮਸਕਲ ਮਾਨਾ ਮਾਲ ਮੁਸ਼ਾਵੈ, ਮਾਲ ਧਨ ਦੌਲਤ ਮੋਹ ਮਮਤਾ ਤੋਂ ਰਹਿਤ ਹੋ ਜਾਵੇ। ਮਸਕਲ ਰੇਗ ਮਾਲ ਲੈ ਆਵੇ, ਜਿੱਥੇ ਜੰਗਾਲ ਲੱਗੀ ਉਹਦੇ ਉੱਪਰ ਕਸ਼ਾ ਕੇ ਉਹ ਜੰਗਾਲ ਉਤਾਰ ਦੇਵੇ। ਕਹਿੰਦੇ ਆਪਣੇ ਗੁਰੂ ਪੀਰ ਪੈਗੰਬਰ ਦੀ ਸਿੱਖਿਆ ਲੈ ਕੇ ਮਨ ਦੇ ਅੰਦਰ ਲੱਗੀ ਹੋਈ ਮੈਲ ਨੂੰ ਉਹ ਸਾਫ਼ ਕਰ ਦੇਵੇ, ਨਿਰਮਲ ਕਰ ਦੇਵੇ, ਉਸਨੂੰ ਦੀਨ ਮਿੱਠਾ ਲੱਗੇਗਾ, ਆਪਣਾ ਧਰਮ ਪਿਆਰਾ ਲੱਗੇਗਾ। ਬੜੇ ਹੀ ਪਿਆਰੇ ਸ਼ਬਦ ਜਿਸ ਵੇਲੇ ਸਤਿਗੁਰੂ ਜੀ ਨੇ ਇਹ ਅਰਬੀ ਅਤੇ ਫਾਰਸੀ ਕੀ ਅਰਬ ਕੰਟਰੀਆਂ ਤੋਂ ਲੈ ਕੇ ਅਫਗਾਨਿਸਤਾਨ ਅਤੇ ਫਿਰ ਸਾਡੇ ਦੇਸ਼ ਦੇ ਅੰਦਰ ਕਸ਼ਮੀਰ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਕੰਨਿਆਕੁਮਾਰੀ ਤੱਕ, ਲੰਕਾ ਤੱਕ, ਇਸ ਇਲਾਕੇ ਦੇ ਅੰਦਰ ਤਾਂ ਇਹ ਅਰਬੀ ਫਾਰਸੀ ਪ੍ਰਧਾਨ ਸੀ। ਇਸ ਤੋਂ ਅੱਗੇ ਜਿਹੜਾ ਯੂਪੀ ਦਾ ਇਲਾਕਾ ਹੈ, ਅੱਗੇ ਬਨਾਰਸ, ਇਲਾਹਾਬਾਦ ਇਤਿਆਦਿਕ, ਉੱਧਰ ਸੰਸਕ੍ਰਿਤ ਪ੍ਰਧਾਨ ਸੀ, ਉਹ ਸੰਸਕ੍ਰਿਤ ਪੜ੍ਹਦੇ ਸਨ। ਇਹ ਅਰਬੀ ਅਤੇ ਫਾਰਸੀ ਅਤੇ ਸੰਸਕ੍ਰਿਤ ਦੇ ਮਿਲਾਪ ਦੇ ਨਾਲ ਫਿਰ ਜਨਮ ਹੋਇਆ ਉਰਦੂ ਦਾ। ਅਰਬੀ ਫਾਰਸੀ ਥੋੜ੍ਹੀ ਕਠਿਨ ਸੀ, ਸੰਸਕ੍ਰਿਤ ਵੀ ਥੋੜ੍ਹੀ ਕਠਿਨ ਸੀ, ਇੱਕ ਦੂਸਰੇ ਨੂੰ ਸਮਝਣ ਦੇ ਵਾਸਤੇ ਇਸ ਰੰਗ ਦੀ ਬੋਲੀ ਨੂੰ ਜਨਮ ਦਿੱਤਾ ਗਿਆ, ਤਾਂ ਕਿ ਉਰਦੂ ਹਰ ਇੱਕ ਦੀ ਸਮਝ ਵਿੱਚ ਆ ਜਾਵੇ, ਔਰ ਸਮਝ ਵੀ ਲੈਂਦੇ ਸਨ। ਸਾਰੀਆਂ ਤੋਂ ਪਹਿਲਾਂ ਅਵਲ ਔਲ ਦੀਨ ਕਰ ਮਿੱਠਾ ਮਸਕਲ ਮਾਨਾ ਮਾਲ ਸਦਾਵੇ। ਮਿੱਠਾ ਜਾਣ ਕੇ ਆਪਣੇ ਧਰਮ ਨੂੰ ਸਮਝੇ, ਆਪਣੇ ਧਰਮ ਨੂੰ ਪਹਿਲ ਦੇਵੇ, ਪਰ ਬੰਦਾ ਸੰਸਾਰ ਦੇ ਕਾਰਜ ਨੂੰ ਮੁੱਖ ਰੱਖਦਾ, ਧਰਮ ਨੂੰ ਦੂਸਰੇ ਨੰਬਰ 'ਤੇ ਰੱਖਦਾ, ਸੰਸਾਰ ਪਹਿਲੇ ਨੰਬਰ 'ਤੇ, ਧਰਮ ਦੂਸਰੇ ਨੰਬਰ 'ਤੇ। ਸਤਿਗੁਰੂ ਕਹਿਣ ਲੱਗੇ ਫਿਰ ਤੂੰ ਮੁਸਲਮਾਨ ਨਹੀਂ, ਤੂੰ ਇਸਲਾਮ ਕਬੂਲ ਨਹੀਂ ਕੀਤਾ, ਦੀਨ ਤੈਨੂੰ ਧਰਮ ਮਿੱਠਾ ਨਹੀਂ ਲੱਗਾ। ਕਹਿਣ ਲੱਗੇ ਫਿਰ ਜਿਹਦੇ ਨਾਲ ਸਨੇਹ ਹੋਵੇ ਨਾ, ਪਿਆਰ ਹੋਵੇ ਮਨ ਦੇ ਅੰਦਰ, ਖਿੱਚ ਉਹਦੇ ਵਾਸਤੇ ਆਉਂਦੀ ਹੈ। ਤੇਰੇ ਮਨ ਦੇ ਅੰਦਰ ਸੰਸਾਰ ਦੀ ਮਿਠਾਸ ਹੈ, ਸੰਸਾਰ ਦੀ ਚਮਕ ਦਮਕ ਹੈ, ਸੰਸਾਰ ਤੈਨੂੰ ਚੰਗਾ ਲੱਗਦਾ ਹੈ, ਧਰਮ ਤੈਨੂੰ ਚੰਗਾ ਨਹੀਂ ਲੱਗਦਾ। ਧਰਮ ਦੇ ਨਾਲ, ਦੀਨ ਦੇ ਨਾਲ ਆਪਣੇ ਗੁਰੂ ਪਰਮੇਸ਼ਵਰ ਪੈਗੰਬਰ ਦੇ ਨਾਲ ਪਿਆਰ ਕੋਈ ਨਹੀਂ,
ਇਸ ਕਰਕੇ ਬੰਦੇ ਨੂੰ ਜਿਸ ਦੇ ਨਾਲ ਪਿਆਰ ਹੋਵੇ ਪਹਿਲ ਉਸ ਨੂੰ ਦਿੰਦਾ ਹੈ। ਧਿਆਨ ਦੇਣਾ, ਅੱਜ ਅਜੋਕੇ ਸਮੇਂ ਦੇ ਅੰਦਰ ਜਗ੍ਹਾ ਜਗ੍ਹਾ 'ਤੇ ਇਲੈਕਸ਼ਨਾਂ ਹੋ ਰਹੀਆਂ ਨੇ, ਜਗ੍ਹਾ ਜਗ੍ਹਾ 'ਤੇ ਵੋਟਾਂ ਪੈ ਰਹੀਆਂ ਨੇ, ਨਵੀਆਂ ਸਰਕਾਰਾਂ ਬਣ ਰਹੀਆਂ ਨੇ, ਜਿਨ੍ਹਾਂ ਨੂੰ ਮਨਿਸਟਰ ਬਣਾ ਦਿੱਤਾ ਜਾਂਦਾ ਹੈ ਉੱਚੇ ਤੌਰ 'ਤੇ, ਜਿਨ੍ਹਾਂ ਨੂੰ ਮਨਿਸਟਰ ਬਣਾ ਦਿੱਤਾ ਜਾਂਦਾ ਹੈ, ਉਹ ਸਾਰੀਆਂ ਤੋਂ ਪਹਿਲਾਂ ਕੀ ਕਰਦੇ ਨੇ, ਜੋ ਸਬਸਿਡੀ ਮਿਲਣੀ ਹੈ, ਜੋ ਸਰਕਾਰ ਵੱਲੋਂ ਬਹੁਤੀਆਂ ਆਪਣਾ ਰਿਆਇਤਾਂ ਮਿਲਣੀਆਂ ਨੇ, ਕੋਈ ਨੌਕਰੀਆਂ ਦੇ ਇਤਿਹਾਸਿਕ ਕੋਟਾ ਨਿਕਲਣਾ, ਕਿਸੇ ਨਾ ਕਿਸੇ ਢੰਗ ਦੇ ਨਾਲ ਸਾਰੀਆਂ ਤੋਂ ਪਹਿਲਾਂ ਆਪਣਿਆਂ ਦਾ, ਆਪਣੇ ਪਰਿਵਾਰ ਦਾ, ਆਪਣੇ ਰਿਸ਼ਤੇਦਾਰਾਂ ਦਾ ਪਹਿਲਾਂ ਖਿਆਲ ਉਹਨਾਂ ਦਾ ਕਰੇਗਾ। ਅਵਲ ਔਲ ਦੀਨ ਕਰ ਮਿੱਟਾ, ਦੂਸਰਿਆਂ ਦੀ ਗੱਲਬਾਤ ਵਿੱਚ ਹੈ, ਪਹਿਲਾਂ ਆਪਣਿਆਂ ਦਾ। ਇਸ ਲਈ ਸੰਸਾਰ ਪਹਿਲਾਂ ਆ ਜਾਂਦਾ, ਧਰਮ ਪਿੱਛੇ ਰਹਿ ਜਾਂਦਾ। ਫਿਰ ਗੁਰਮਤਿ ਸਿਧਾਂਤ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ, ਕਹਿਣ ਲੱਗੇ ਮੀਰੀ ਅਤੇ ਪੀਰੀ ਕਿਆ ਹੈ। ਮੀਰੀ ਬਾਹਰ ਹੈ, ਪੀਰੀ ਅੰਦਰ ਹੈ। ਜਦ ਜਾਣੇ ਹੋ ਨਾ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨ ਪ੍ਰਸੰਨ ਦੇ ਵਾਸਤੇ, ਦਰਸ਼ਨ ਕਰਨ ਦੇ ਵਾਸਤੇ ਵੇਖਦੇ ਹੋ ਨਾ, ਦਰਬਾਰ ਸਾਹਿਬ ਪੀਰੀ ਅੰਦਰ ਹੈ, ਸਰੋਵਰ ਦੇ ਵਿਚਕਾਰ, ਅਤੇ ਜੋ ਮੀਰੀ ਹੈ ਉਹ ਸਰੋਵਰ ਤੋਂ ਬਾਹਰ ਕਿਨਾਰੇ 'ਤੇ ਅਕਾਲ ਤਖਤ ਸਾਹਿਬ, ਉੱਥੇ ਮੀਰੀ ਹੈ ਸ਼ਕਤੀ, ਅਤੇ ਅੰਦਰ ਭਗਤੀ ਹੈ। ਅੰਦਰ ਸੰਤ ਹੈ ਅਤੇ ਬਾਹਰ ਸਿਪਾਹੀ ਹੈ। ਸਤਿਗੁਰੂ ਕਹਿਣ ਲੱਗੇ ਕਿ ਪਹਿਲਾਂ ਆਪਣੇ ਜੋ ਕੋਟਾ ਮਿਲਿਆ ਉਹਦੇ ਵਿੱਚੋਂ ਆਪਣਿਆਂ ਨੂੰ ਦਿੰਦਾ ਹੈ, ਇਹਦਾ ਮਤਲਬ ਤੈਨੂੰ ਆਪਣੇ ਉਹ ਸੰਸਾਰੀ ਚੰਗੇ ਲੱਗਦੇ ਨੇ, ਧਰਮ ਚੰਗਾ ਨਹੀਂ ਲੱਗਦਾ। ਦੀਨ ਕਰ ਮਿੱਠਾ ਨਹੀਂ ਚੰਗਾ ਲੱਗਦਾ, ਦੀਨ ਧਰਮ ਨਹੀਂ ਚੰਗਾ ਲੱਗਦਾ। ਧਰਮੀ ਬੰਦੇ ਦੀ ਨਿਸ਼ਾਨੀ ਦੱਸ ਰਹੇ ਨੇ, ਪਹਿਲੇ ਨੰਬਰ 'ਤੇ ਧਰਮ ਨੂੰ ਰੱਖੇਗਾ ਅਤੇ ਦੂਸਰੇ ਨੰਬਰ 'ਤੇ ਸੰਸਾਰ ਨੂੰ ਰੱਖੇਗਾ, ਬਸ ਇਹ ਫਰਕ ਹੈ। ਪਰ ਸੰਸਾਰੀ ਬੰਦਾ ਸੰਸਾਰ ਨੂੰ ਪਹਿਲ ਦੇਵੇਗਾ, ਕਿਉਂਕਿ ਸ਼ੁਰੂ ਤੋਂ ਹੀ ਇਸ ਤਰ੍ਹਾਂ ਰਿਹਾ। ਜਿਸ ਵੇਲੇ ਉਹ ਧਰਮ ਦੀ ਮਿਠਾਸ, ਕਹਿੰਦੇ ਜਿਤਨਾ ਮਿੱਠਾ ਪਾਓ ਉਤਨੀ ਮਿਠਾਸ ਹੋਵੇਗੀ, ਜੋ ਪਾਵਹਿ ਭਾਂਡੇ ਵਿੱਚ ਵਸਤ ਸਾਹ ਨਿਕਲੈ, ਕਿਆ ਕੋਈ ਕਰੇ ਵਿਚਾਰਾ। ਇੱਕ ਸੱਜਣ ਨੇ ਬੜਾ ਸੁੰਦਰ ਬਚਨ ਲਿਖਿਆ, ਕਹਿਣ ਲੱਗੇ ਇੱਕ ਸੱਜਣ ਉਹ ਢੱਕਣ ਵਾਲਾ ਵੱਡਾ ਜੱਗ ਲੈ ਕੇ ਪਾਣੀ ਦਾ ਭਰ ਕੇ ਬੈਠ ਗਿਆ। ਕਿਸੇ ਯੋਗੀ ਨੇ, ਕਿਸੇ ਸਾਧੂ ਨੇ ਕੁਝ ਦੱਸ ਦਿੱਤਾ ਹੋਣਾ, ਉਹਦੇ ਮੁਤਾਬਕ ਉੱਥੇ ਬੈਠ ਕੇ ਉਹ ਮੰਤਰ ਦਾ ਜਾਪ ਕਰਨ ਲੱਗ ਪਿਆ। ਭਾਵ ਇਹ ਸੀ ਕਿ ਮੈਂ ਇਤਨਾ ਮੰਤਰ ਦਾ ਜਾਪ ਕਰਾਂਗਾ ਅਤੇ ਇਹ ਪਾਣੀ ਜਿਹੜਾ ਹੈ ਇਹਦੇ ਵਿੱਚ ਪਾਇਆ ਹੋਇਆ ਸਵੇਰੇ ਅੰਮ੍ਰਿਤ ਵੇਲੇ ਤੱਕ ਇਹ ਦੁੱਧ ਬਣ ਜਾਏਗਾ। ਸਾਰੀ ਰਾਤ ਬੈਠਾ ਰਿਹਾ। ਇੱਕ ਸੱਜਣ ਕੋਲੋਂ ਲੰਘਿਆ, ਕਿਉਂ ਬਾਈ ਕੀ ਗੱਲ ਹੈ, ਰਾਤੀ ਮੈਂ ਥੋੜ੍ਹਾ ਆਪਣੇ ਕੰਮ ਤੋਂ ਦੇਰੀ ਨਾਲ ਆਇਆ ਸਾਂ ਅਤੇ ਤੈਨੂੰ ਉਦੋਂ ਵੀ ਇੱਥੇ ਬੈਠਿਆਂ ਵੇਖਿਆ, ਹੁਣ ਮੈਂ ਸਵੇਰੇ ਜਰਾ ਜਲਦੀ ਚੱਲਿਆ ਅਤੇ ਤਾਂ ਵੀ ਤੂੰ ਇੱਥੇ ਹੀ ਬੈਠਾ ਹੋਇਆ, ਸਾਰੀ ਰਾਤ ਦਾ ਹੀ ਬੈਠਾ ਹੋਇਆ, ਕੀ ਕਰ ਰਿਹਾ। ਕਹਿਣ ਲੱਗਾ ਮੈਂ ਮੰਤਰ ਦਾ ਜਾਪ ਕਰ ਰਿਹਾ ਤਾਂ ਕਿ ਪਾਣੀ ਤੋਂ ਦੁੱਧ ਬਣ ਸਕੇ। ਕਹਿੰਦੇ ਮੂਰਖ ਤਾਂ ਨਹੀਂ ਹੋ ਗਿਆ, ਹੋਸ਼ ਟਿਕਾਣੇ ਹੈ, ਕਦੇ ਪਾਣੀ ਤੋਂ ਵੀ ਦੁੱਧ ਬਣਦਾ। ਇਹ ਜੋ ਕੁਝ ਤੋਂ ਵਿੱਚ ਪਾਇਆ, ਜੋ ਪਾਵਹੇ ਭਾਂਡੇ ਵਿੱਚ ਵਸਤ ਸਾਹ ਨਿਕਲਿਆ, ਉਹ ਹੀ ਨਿਕਲੇਗੀ ਅੰਦਰੋਂ ਬਾਹਰ। ਜੇ ਅੰਦਰ ਦੀਨ ਮਿੱਠਾ ਕਰਕੇ ਪਾਇਆ, ਦੀਨ ਦੀ ਧਰਮ ਦੀ ਮਿਠਾਸ ਅੰਦਰ ਪਾਈ ਹੈ, ਤਾਂ ਅੰਦਰੋਂ ਮਿਠਾਸ ਪ੍ਰਗਟ ਹੋਵੇਗੀ, ਅੰਦਰੋਂ ਸ਼ੁਭ ਗੁਣ ਪ੍ਰਗਟ ਹੋਣਗੇ, ਅੰਦਰੋਂ ਨਾਮ ਪ੍ਰਗਟ ਹੋਵੇਗਾ। ਜੇ ਇਸ ਢੰਗ ਦੇ ਨਾਲ ਮੰਤਰ ਪੜ੍ਹਨ ਦੇ ਨਾਲ ਦੁੱਧ ਬਣ ਜਾਂਦਾ ਹੋਵੇ,
ਫਿਰ ਘਾਸ ਫੂਸ ਲਿਆ ਕੇ ਉਸਨੂੰ ਇਕੱਠੀਆਂ ਕਰਕੇ ਇੱਕ ਬਰਤਨ ਦੇ ਅੰਦਰ ਪਾ ਕੇ ਉੱਥੇ ਬੈਠ ਕੇ ਮੰਤਰ ਪੜ੍ਹੇ ਜਾਣ ਅਤੇ ਉਹਦਾ ਦੁੱਧ ਬਣ ਜਾਵੇ। ਫਿਰ ਪਸ਼ੂਆਂ ਦੀ ਅਤੇ ਗਾਵਾਂ ਮੱਝਾਂ ਦੀ ਜ਼ਰੂਰਤ ਹੀ ਕੋਈ ਨਹੀਂ। ਇਹ ਮਦਰ ਡੇਅਰੀ ਵਾਲਿਆਂ ਦੇ ਇਤਨੇ ਵਰਕਰ ਰੱਖੇ ਨੇ, ਉਹਨਾਂ ਦੀ ਫਿਰ ਕੀ ਜ਼ਰੂਰਤ ਹੈ? ਉਹ ਇਸੇ ਵਾਸਤੇ ਰੱਖੇ ਨੇ। ਬੈਠਾ ਰਿਹਾ ਪਰ ਪਾਣੀ ਦਾ ਪਾਣੀ ਹੀ ਰਿਹਾ, ਸਾਰੀ ਰਾਤ ਬੈਠਾ ਰਿਹਾ, ਕਹਿੰਦੇ ਆ ਮੈਂ ਟਾਈਮ ਹੀ ਖਰਾਬ ਕੀਤਾ। ਇਸ ਤਰ੍ਹਾਂ ਦੇ ਭੇਖੀ, ਇਸ ਤਰ੍ਹਾਂ ਕਰਨ ਦੇ ਨਾਲ ਇਤਨੀਆਂ ਮਾਲਾ ਫਿਰ ਉਹ ਤੋਂ ਅਖੰਡ ਪਾਠ ਦਾ ਤੁਹਾਨੂੰ ਫਲ ਮਿਲਦਾ ਹੈ। ਅਤੇ ਗੁਰੂ ਦੀ ਬਾਣੀ ਨੂੰ ਇੱਕ ਮਾਲਾ ਦੇ ਨਾਲ ਤੁਲਨਾ ਦੇ ਦਿੱਤੀ ਗਈ, ਇਸ ਤਰ੍ਹਾਂ ਕਰੋ ਅਤੇ ਐਸਾ ਹੋ ਜਾਏਗਾ। ਸਾਧ ਸੰਗਤ, ਕਿਤਨੇ ਭਰਮ ਸਾਨੂੰ ਭਰਮਾਂ ਦੀ ਦਲਦਲ ਦੇ ਵਿੱਚੋਂ ਸਤਿਗੁਰੂ ਨੇ ਬਾਹਰ ਕੱਢਿਆ ਸੀ, ਅਸੀਂ ਫਿਰ ਉਹਨਾਂ ਭਰਮਾਂ ਦੇ ਅੰਦਰ ਦੌੜ ਦੌੜ ਕੇ ਜਾ ਰਹੇ ਹਾਂ। ਇੱਥੇ ਧਿਆਨ ਟਿਕਾਓ, ਇੱਥੇ ਦਸਮ ਦੁਆਰ ਦੇ ਅੰਦਰ ਸਵਾਸ ਲੰਬਾ ਲਓ, ਛੋਟਾ ਲਓ, ਵਾਹ ਕਹੋ, ਗੁਰੂ ਕਹੋ, ਕਿੱਧਰਲੇ ਪਾਸੇ ਜਾ ਰਹੇ ਹਾਂ ਅਸੀਂ? ਜਿਸ ਵੇਲੇ ਅਸੀਂ ਗੁਰਮਤਿ ਸਿਧਾਂਤ ਦੀ ਪੜਚੋਲ ਕਰਾਂਗੇ, ਆਪਣੇ ਮਨ ਦੀ ਪੜਚੋਲ ਕਰਾਂਗੇ, ਗੁਰਮਤਿ ਸਿਧਾਂਤ ਸਾਨੂੰ ਕੀ ਸਮਝਾ ਰਿਹਾ ਅਤੇ ਮੈਂ ਕਰ ਕੀ ਰਿਹਾ, ਬਸ ਇਹ ਵਿਚਾਰਨ ਦੀ ਜ਼ਰੂਰਤ ਹੈ। ਜੋ ਭਾਂਡੇ ਵਿੱਚ ਪਾਇਆ ਨਿਕਲੇਗਾ ਉਹੀ, ਅੰਦਰ ਧਰਮ ਗਿਆ ਅਤੇ ਅੰਦਰੋਂ ਧਰਮ ਨਿਕਲੇਗਾ, ਜੇ ਅੰਦਰ ਸੰਸਾਰ ਹੈ ਤਾਂ ਅੰਦਰੋਂ ਸੰਸਾਰ ਹੀ ਬਾਹਰ ਪ੍ਰਗਟ ਹੋਏਗਾ। ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਕਮਾਇਆ, ਮੈਂ ਉਹਨਾਂ ਗੁਰਮੁਖਾਂ ਨੂੰ ਜਾਣਨਾ, ਔਰ ਤੁਹਾਡੇ ਇਸ ਕਲੋਨੀ ਦੇ ਵਿੱਚ ਵੀ ਕੁਝ ਸਮਾਂ ਰਹਿ ਕੇ ਗਏ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਜ਼ਖਮੀ, ਗੁਰਦੁਆਰਾ ਸ਼ੀਸ਼ਗੰਜ ਸਾਹਿਬ ਆਸ਼ਾ ਕੀ ਵਾਰ ਦਾ ਕੀਰਤਨ ਕਰਨ ਆਏ, ਕੀਰਤਨ ਦੀ ਚੌਂਕੀ ਭਰਨ ਤੋਂ ਬਾਅਦ ਆਸ਼ਾ ਕੀ ਵਾਰ ਦਾ ਕੀਰਤਨ ਸੰਪੂਰਨ ਹੋਇਆ। ਅਤੇ ਫਿਰ ਜਿਸ ਵੇਲੇ ਘਰ ਆਏ, ਵਾਸ਼ਰੂਮ ਇਤਿਹਾਸਿਕ ਜਾ ਕੇ ਜੋ ਜਲ ਪਾਣੀ ਛਕਣਾ ਸੀ ਉਹ ਛਕਣ ਤੋਂ ਬਾਅਦ ਫਿਰ ਬੈਠ ਗਏ, ਵਾਜਾ ਲੈ ਕੇ, ਜੋੜੀ ਲੈ ਕੇ, ਫਿਰ ਆਸ਼ਾ ਦੀ ਵਾਰ ਦਾ ਕੀਰਤਨ ਘਰ ਵਿੱਚ ਫਿਰ ਸ਼ੁਰੂ। ਇੱਕ ਸੱਜਣ ਮਿਲਣ ਵਾਸਤੇ ਆਇਆ ਅਤੇ ਉਹਨੇ ਵੇਖਿਆ ਕੀਰਤਨ ਕਰਦੇ ਪਏ ਨੇ ਆਸ਼ਾ ਕੀ, ਅਜੇ ਹੁਣ ਤਾਂ ਕੀਰਤਨ ਕਰਕੇ ਆਏ ਨੇ ਉੱਥੋਂ, ਉਹ ਵੀ ਬੈਠ ਗਿਆ ਸੁਣਦਾ ਰਿਹਾ। ਜਿਸ ਵੇਲੇ ਆਸ਼ਾ ਕੀ ਇੱਕ ਵਾਰ ਦਾ ਕੀਰਤਨ ਸੰਪੂਰਨ ਹੋਇਆ, ਉਹਨਾਂ ਫਤਿਹ ਬੁਲਾਈ ਅਤੇ ਨਜ਼ਰ ਉਹਦੇ ਨਾਲ ਮਿਲੀ ਅਤੇ ਉਹਨੂੰ ਪੁੱਛਦੇ ਨੇ ਆ ਵੀ ਸੱਜਣਾ ਕਿਸ ਤਰ੍ਹਾਂ ਆਇਆ, ਕਿੱਥੋਂ ਆਇਆ? ਕਹਿਣ ਲੱਗਾ ਮਹਾਰਾਜ ਤੁਹਾਡੇ ਕੋਲ ਹੀ ਆਇਆ ਸਾ ਤੁਹਾਨੂੰ ਮਿਲਣ ਵਾਸਤੇ, ਤੁਸੀਂ ਕੀਰਤਨ ਬੜਾ ਕਮਾਲ ਦਾ ਉੱਥੇ ਕੀਤਾ, ਕੀਰਤਨ ਸੁਣ ਕੇ ਮਨ ਨਿਹਾਲ ਹੋ ਗਿਆ, ਖੁਸ਼ ਹੋ ਗਿਆ, ਅਤੇ ਮੈਂ ਇੱਥੇ ਆਇਆ ਇੱਥੇ ਤੁਸੀਂ ਫਿਰ ਕੀਰਤਨ, ਇਹ ਕੀ ਮਸਲਾ? ਕਹਿੰਦੇ ਉੱਥੇ ਜਿਹੜਾ ਕੀਰਤਨ ਕਰਕੇ ਆਇਆ ਉਹ ਸਾਡੀ ਡਿਊਟੀ ਹੈ, ਇੱਥੇ ਘਰ ਦੇ ਅੰਦਰ ਜਿਹੜਾ ਬੈਠ ਕੇ ਅਸੀਂ ਕੀਰਤਨ ਕਰ ਰਹੇ ਇਹ ਅਸੀਂ ਆਪਣੇ ਵਾਸਤੇ ਆਪਣਾ ਧਰਮ ਕਮਾ ਰਹੇ ਹਾਂ, ਧਰਮ ਇੰਝ ਕਮਾਇਆ ਜਾਂਦਾ। ਫਿਰ ਦੂਸਰਾ ਉਹਨਾਂ ਦੇ ਜੀਵਨ ਦੇ ਅੰਦਰ ਇੱਕ ਹੋਰ ਘਟਨਾ ਆਉਂਦੀ ਹੈ, ਮੈਂ ਪੜ੍ਹ ਕੇ ਹੈਰਾਨ ਹੋਇਆ ਉਹਨਾਂ ਦਾ ਜੀਵਨ। ਕਹਿੰਦੇ ਸਰੀਰਕ ਤੌਰ 'ਤੇ ਕੋਈ ਖੇਚਲ ਹੋ ਗਈ, ਤਕਲੀਫ ਹੋ ਗਈ ਅਤੇ ਡਾਕਟਰ ਦੇ ਕੋਲ ਲੈ ਕੇ ਗਏ, ਡਾਕਟਰ ਨੇ ਚੰਗੀ ਤਰ੍ਹਾਂ ਵੇਖਿਆ, ਪਰਖਿਆ, ਜਾਂਚ ਪੜਤਾਲ ਕੀਤੀ ਅਤੇ ਕਹਿਣ ਲੱਗਾ ਇਹਨਾਂ ਦਾ ਆਪਰੇਸ਼ਨ ਹੋਏਗਾ ਔਰ 15 ਦਿਨ ਇਹਨਾਂ ਨੂੰ ਬੈੱਡ ਰੈਸਟ ਦੇਣੀ ਪਵੇਗੀ। ਕਹਿਣ ਲੱਗੇ ਫਿਰ ਮੈਂ 15 ਦਿਨ ਬਾਅਦ ਡਾਕਟਰ ਸਾਹਿਬ ਤੁਹਾਡੇ ਕੋਲ 15 ਦਿਨ ਬਾਅਦ ਆਵਾਂਗਾ। ਕਹਿੰਦੇ ਹੁਣ ਕਰਵਾ ਲੈਂਦੇ ਤਾਂ ਅੱਛਾ ਸੀ, ਤੁਹਾਡੇ ਫਾਇਦੇ ਵਾਸਤੇ ਆਖਿਆ। ਕਹਿੰਦਾ ਨਹੀਂ ਮੈਂ 15 ਦਿਨ ਬਾਅਦ ਹੀ ਆਵਾਂਗਾ, ਤੁਸੀਂ ਜੋ ਆਖਿਆ 15 ਦਿਨ ਰੈਸਟ, ਬੈੱਡ ਰੈਸਟ ਹੋਏਗੀ, ਇਸ ਲਈ ਮੈਨੂੰ 15 ਦਿਨ ਦਾ ਟਾਈਮ ਹੋਰ ਦਿਓ, ਤੇਰੀ ਇੱਛਾ ਬਾਈ। 15 ਦਿਨ ਦਾ ਟਾਈਮ ਲੈ ਕੇ ਗਏ, ਕਹਿਣ ਲੱਗੇ ਜਿਹੜਾ ਮੈਂ 15 ਦਿਨ ਬੈੱਡ ਰੈਸਟ ਕਰਨੀ ਹੈ ਅਤੇ ਉੱਥੇ ਬੈਠ ਕੇ ਇਸ਼ਨਾਨ ਕਰਕੇ ਮੈਂ ਨਿਤਨੇਮ ਨਹੀਂ ਕਰ ਸਕਾਂਗਾ। ਘਰ ਦੇ ਅੰਦਰ ਆ ਕੇ ਡਬਲ ਡਬਲ ਨਿਤਨੇਮ ਸ਼ੁਰੂ ਕਰ ਦਿੱਤਾ, ਇੱਕ ਤਾਂ ਗੁਰੂ ਦਾ ਹੁਕਮ ਸੀ
ਸਿੱਖ ਦੇ ਵਾਸਤੇ ਸਵੇਰੇ ਪੰਜ ਬਾਣੀਆਂ ਦਾ ਨਿਤਨੇਮ ਕਰਨਾ, ਦੂਸਰਾ ਨਿਤਨੇਮ ਉਹ ਉਹਨਾਂ ਨੇ ਫਿਰ ਦੁਬਾਰਾ ਕਰਨਾ, ਜਿਹੜਾ ਮੈਂ 15 ਦਿਨ ਉੱਥੇ ਰੈਸਟ ਕਰਨੀ ਹੈ ਉਹ ਕਿਧਰੇ ਨਿਤਨੇਮ ਮੇਰਾ ਵਿਸਰ ਨਾ ਜਾਵੇ, ਕੋਈ ਕਮੀ ਨਾ ਰਹਿ ਜਾਵੇ। ਇਹ ਹੈ ਧਰਮ ਕਮਾਉਣਾ। ਮੁਸ਼ਕਲ ਮਨ ਮਾਲ ਮੁਸਾਵੈ, ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ। ਸਤਿਗੁਰੂ ਜੀ ਉਹਨਾਂ ਨੂੰ ਉਪਦੇਸ਼ ਦਿੰਦੇ ਹਨ। ਇੱਥੇ ਸਿੱਖੀ ਕਮਾਉਣ ਦੇ ਵਾਸਤੇ ਇਹ ਦੂਸਰਾ ਜਿਹੜਾ ਮੈਂ ਨਿਤਨੇਮ ਡਬਲ ਕਰਦਾ ਪਿਆ ਨਾ, ਇਹ ਸਿੱਖੀ ਕਮਾਉਣ ਦੇ ਵਾਸਤੇ ਹੈ। ਗੁਰੂ ਦਾ ਹੁਕਮ ਹੈ ਸਿੱਖੀ ਕਮਾਉਣ ਦੇ ਲਈ। ਮੇਰੀ ਸਿੱਖੀ ਕਾਇਮ ਰਹਿ ਜਾਵੇ, ਜੋ ਸਤਿਗੁਰੂ ਜੀ ਨੇ ਮੈਨੂੰ ਇਹ ਜੀਵਨ ਦੇ ਅੰਦਰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ ਹੈ ਅਤੇ ਗੁਰੂ ਘਰ ਦੇ ਅੰਦਰ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਮੈਂ ਜ਼ਬਾਨ ਦੇ ਨਾਲ ਕਿਸ ਤਰ੍ਹਾਂ ਕਿਹੜੇ ਸ਼ਬਦਾਂ ਦੇ ਨਾਲ ਗੁਰੂ ਦਾ ਸ਼ੁਕਰਾਨਾ ਕਰਾਂ ਜਿਸ ਗੁਰੂ ਨੇ ਮੈਨੂੰ ਇਤਨਾ ਸੁੰਦਰ ਸੁਹਾਵਣਾ ਸਮਾਂ ਬਖਸ਼ਿਆ ਹੈ। ਜਿਨ੍ਹਾਂ ਨੇ ਧਾਰਮਿਕ ਲਿਬਾਸ ਪਹਿਨੇ ਹੈ, ਭਾਵੇਂ ਕੋਈ ਕੀਰਤਨ ਕਰ ਰਿਹਾ ਜਾਂ ਇਸ ਪਾਸੇ ਤੁਰਿਆ, ਉਸਨੂੰ ਨਿਸ਼ਾਨਾ ਵਿਖਾਈ ਦੇਵੇ ਕਿ ਮੈਂ ਗੁਰੂ ਦਾ ਸਿੱਖ ਹਾਂ, ਮੈਂ ਧਰਮੀ ਹਾਂ ਅਤੇ ਧਰਮੀ ਹੋਣ ਦੇ ਨਾਤੇ, ਸਿੱਖ ਹੋਣ ਦੇ ਨਾਤੇ ਮੇਰਾ ਕੁਝ ਫਰਜ਼ ਬਣਦਾ। ਅਵਲ ਔਲ ਦੀਨ ਕਰ ਮਿੱਠਾ, ਪਹਿਲੇ ਨੰਬਰ 'ਤੇ ਮੈਂ ਧਰਮ ਨੂੰ ਰੱਖਾਂ। ਧਰਮ ਮੇਰਾ ਮੁੱਖ ਹੋਵੇ, ਸੰਸਾਰ ਦੂਸਰੇ ਨੰਬਰ 'ਤੇ ਹੋਵੇ। ਜਿਸ ਵੇਲੇ ਸਤਿਗੁਰੂ ਜੀ ਨੇ ਇਹ ਮੀਰੀ ਅਤੇ ਪੀਰੀ ਸੰਤ ਸਿਪਾਹੀ ਭਗਤੀ ਅਤੇ ਸ਼ਕਤੀ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ, ਉੱਥੇ ਇੱਕ ਸਿੱਖੀ ਦਾ ਜੋ ਹੀਰਾ ਸਾਨੂੰ ਬਖਸ਼ਿਸ਼ ਕੀਤਾ ਹੈ, ਉਸ ਹੀਰੇ ਨੂੰ ਸੰਭਾਲ ਕੇ ਰੱਖਣਾ, ਆਪਣੇ ਜੀਵਨ ਦੇ ਅੰਦਰ ਧਰਮ ਨੂੰ ਮੁੱਖ ਰੱਖਣਾ। ਅਵਲ ਔਲ ਦੀਨ ਕਰ ਮਿੱਠਾ, ਜਿਸਨੂੰ ਦੀਨ ਧਰਮ ਚੰਗਾ ਲੱਗਦਾ ਹੈ, ਨਮਾਜ਼ ਪੜ੍ਹਦਾ ਹੈ, ਧਰਮ ਵਾਲੇ ਕਰਮ ਕਰਦਾ ਹੈ। ਮੁਸ਼ਕਲ ਮਾਨਾ ਮਾਲ ਮੁਸਾਵੈ, ਜਿਸ ਨਾਲ ਜੰਗਾਲ ਲਾਈਦਾ, ਕਿਧਰੇ ਉਹ ਰੇਗ ਮਾਲ ਮਿਲ ਜਾਵੇ ਉਹਦੇ ਨਾਲ ਮਨ ਨੂੰ ਸਾਫ਼ ਕਰ। ਜਿਸ ਤਰ੍ਹਾਂ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੂਧੈ ਕਉ ਜਾਵੋ, ਜੇ ਦੁੱਧ ਲੈਣ ਵਾਸਤੇ ਜਾਣਾ ਹੈ ਤਾਂ ਪਹਿਲਾਂ ਭਾਂਡਾ ਸਾਫ਼ ਕਰਨਾ ਪੈਣਾ, ਤਾਂ ਉਹਦੇ ਵਿੱਚ ਦੁੱਧ ਪਾ ਕੇ ਲਿਆਂਦਾ ਜਾਏਗਾ। ਨਿਰੰਕਾਰ ਦੀ ਬਖਸ਼ਿਸ਼, ਜੇ ਪਾਣੀ ਤੋਂ ਤੂੰ ਅੰਮ੍ਰਿਤ ਬਣਾਉਣਾ ਚਾਹੁੰਦਾ ਤੂੰ ਸਾਰੀ ਰਾਤ ਬੈਠਾ ਰਹਿ ਮੰਤਰ ਪੜ੍ਹੀ ਜਾ, ਜੇ ਪਾਣੀ ਤੋਂ ਅੰਮ੍ਰਿਤ ਦੁੱਧ ਬਣਾਉਣਾ ਚਾਹੁੰਦਾ, ਅੰਮ੍ਰਿਤ ਪ੍ਰਾਪਤ ਕਰਨਾ ਚਾਹੁੰਦਾ, ਧਰਮੀ ਬਣਨਾ ਚਾਹੁੰਦਾ, ਤਾਂ ਫਿਰ ਤੈਨੂੰ ਉਹ ਦੁੱਧ ਹੀ ਪ੍ਰਾਪਤ ਹੋਵੇਗਾ, ਪਰ ਤੈਨੂੰ ਉਹ ਧਰਮ ਪਹਿਲੇ ਨੰਬਰ 'ਤੇ ਰੱਖਣਾ ਪਏਗਾ। ਜਿਸ ਵੇਲੇ ਸਤਿਗੁਰੂ ਜੀ ਨੇ ਇਹ ਬਚਨ ਕੀਤਾ, ਕਹਿੰਦੇ ਫਿਰ ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ, ਨਿਰੰਕਾਰ ਦਾ ਹੁਕਮ, ਉਸਦੀ ਰਜ਼ਾ ਨੂੰ ਉਸਦੇ ਭਾਣੇ ਨੂੰ, ਰੱਬ ਕੀ ਰਜ਼ਾਏ ਮੰਨੇ ਸਿਰ ਉੱਪਰ, ਰੱਬ ਦੀ ਮਰਜ਼ੀ 'ਤੇ ਖੁਸ਼ ਰਹੇ, ਪਿਆਰ ਵਿੱਚ ਜੀਵੇ, ਕਰਤਾ ਮੰਨੇ ਆਪ ਗਵਾਵੇ, ਆਪਣਾ ਆਪਾ ਆਪਣੀ ਹਉਮੈ ਆਪਣੀ ਸਿਆਣਪ, ਨਾਨਕ ਇਉਂ ਸਰਬ ਜੀਆਂ ਮਿਹਰ ਅੰਮਤ ਹੋਏ ਜਾਂ ਹੋਏ ਤਾਂ ਮੁਸਲਮਾਨ ਕਹਾਵੈ। ਫਿਰ ਤੇਰੇ 'ਤੇ ਰਹਿਮਤ ਹੋਵੇਗੀ, ਮਿਹਰਾਮਤ ਹੋਵੇਗੀ, ਤੇਰੇ 'ਤੇ ਦਇਆ ਕਰੇਗਾ, ਤਰਸ ਕਰਕੇ ਬਖਸ਼ਿਸ਼ ਦੀ ਦਾਤ ਤੇਰੀ ਝੋਲੀ ਦੇ ਅੰਦਰ ਪਾਏਗਾ, ਫਿਰ ਤੂੰ ਸੱਚਾ ਮੁਸਲਮਾਨ ਹੋ ਜਾਏਗਾ। ਉਸ ਸੱਜਣ ਨੂੰ ਉਪਦੇਸ਼ ਦਿੱਤਾ, ਜਦੋਂ ਵੀ ਕਿਧਰੇ ਇਸਲਾਮ ਦੀ ਗੱਲ ਚੱਲੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਲੋਕਾਂ ਨੂੰ ਸੱਚੇ ਰਸਤੇ 'ਤੇ ਤੋਰਿਆ, ਬਾਕਾਇਦਾ ਉਪਦੇਸ਼ ਦਿੰਦੇ ਆਉਂਦੇ ਸਨ। ਪਿਆਰਿਓ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ।
ਇਹਨਾਂ ਪੌੜੀਆਂ ਦੇ ਅੰਦਰ ਬਹੁਤ ਸਾਰੇ ਇਤਿਹਾਸਕ ਹਵਾਲੇ ਵੀ ਹਨ ਜੋ ਸਤਿਕਾਰਯੋਗ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਚਾਰਨ ਕੀਤੇ ਨੇ। ਅਰਜ ਕਰ ਰਿਹਾ ਸਾਂ ਕਿ ਮੱਕੇ ਦੇ ਅੰਦਰ ਮੁਸਲਮਾਨ ਤੋਂ ਬਿਨਾਂ ਹੋਰ ਕੋਈ ਜਾ ਨਹੀਂ ਸਕਦਾ। ਉਹਨਾਂ ਦੀ ਰਵਾਇਤ ਹੈ ਜੋ ਸਰੀਰ ਅਤੇ ਤਨ ਅਤੇ ਚਿੰਨ੍ਹ ਹੁੰਦੇ ਸਨ ਹਜ਼ੂਰ ਨੇ ਉਹ ਵੀ ਧਾਰਨ ਕੀਤੇ। ਬਾਬਾ ਜੀ ਨੇ ਭੇਖ ਬਣਾਇਆ ਉਹ ਹਾਜੀਆਂ ਵਾਲਾ ਨੀਲੇ ਵਸਤਰ ਧਾਰਨ ਕਰਕੇ। ਜਿਸ ਵੇਲੇ ਸਤਿਗੁਰੂ ਜੀ ਨੇ ਇਹ ਨੀਲੇ ਵਸਤਰ ਧਾਰਨ ਕੀਤੇ ਅਤੇ ਉਹਦਾ ਜ਼ਿਕਰ ਇੱਥੇ ਸਤਿਕਾਰਯੋਗ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਕਰਦੇ ਪਏ ਨੇ, ਬਾਬਾ ਫਿਰ ਮੱਕੇ ਗਿਆ। ਨੀਲ ਵਸਤਰ ਤਾਰੇ ਬਨਵਾਰੀ, ਇਹ ਬਨਵਾਰੀ ਰੂਪ ਧਾਰਨ ਕਰਕੇ, ਨੀਲੇ ਵਸਤਰ ਧਾਰਨ ਕਰਕੇ। ਆਸਾ ਹੱਥ ਕਿਤਾਬ ਕੱਛ, ਆਸਾ ਕਹਿੰਦੇ ਛੋਟਾ, ਹੱਥ ਵਿੱਚ ਪਕੜਿਆ ਹੋਇਆ। ਗੁਰੂ ਬਾਬਾ ਜੀ ਦਾ ਜਿਹੜਾ ਮੁੱਖ ਮਨੋਦ ਸੀ ਉਹ ਸੀ, ਜੇ ਹੁਣ ਮੇਰੇ ਮਨ ਦੇ ਅੰਦਰ ਕੁਝ ਭਰਮ ਪੈ ਜਾਵੇ ਜਾਂ ਤਰਕ ਆ ਜਾਵੇ ਕਿ ਉਹ ਤਾਂ ਆਪ ਨਾਰਾਇਣ ਕਲਾ ਧਾਰ ਸਨ, ਰੱਬ ਦਾ ਰੂਪ ਸਨ, ਸਰਗੁਣ ਰੂਪ ਸਨ, ਉਹਨਾਂ ਨੂੰ ਇਸ ਤਰ੍ਹਾਂ ਦੇ ਭੇਖ ਇਹ ਚਿੰਨ੍ਹ ਧਾਰਨ ਦੀ ਕਿਉਂ ਜ਼ਰੂਰਤ ਪਈ? ਗੁਰੂ ਨਾਨਕ ਦਾ ਉਪਦੇਸ਼ ਕਰਨ ਦਾ ਢੰਗ ਹੈ, ਜੇ ਦੂਸਰੇ ਵਸਤਰ ਪਾਏ ਹੁੰਦੇ ਨੇ ਤਾਂ ਉਹਨਾਂ ਨੇ ਉੱਥੇ ਤੱਕ ਪਹੁੰਚਣ ਨਹੀਂ ਸੀ ਦੇਣਾ। ਗੁਰੂ ਨਾਨਕ ਨੇ ਇਹ ਭੇਖ ਤਾਂ ਧਾਰਨ ਕੀਤਾ ਕਿ ਉੱਥੇ ਜਾ ਕੇ ਉਹਨਾਂ ਲੋਕਾਂ ਨੂੰ ਖਰਾ ਸੱਚਾ ਸੁੱਚਾ ਉਪਦੇਸ਼ ਦੇ ਕੇ ਸਮਝਾਇਆ ਜਾਵੇ ਇਸਲਾਮ ਕੀ ਹੈ, ਧਰਮ ਕੀ ਹੈ। ਆਪ ਜੀ ਨੇ ਇਸ ਲਈ ਇਹ ਪੁਸ਼ਾਕ ਬਦਲੀ ਅਤੇ ਪੁਸ਼ਾਕ ਬਦਲਣ ਦੇ ਅੰਦਰ ਕਿਸੇ ਕਿਸਮ ਦਾ ਕੋਈ ਸੰਕੋਚ ਨਹੀਂ ਕੀਤਾ। ਆਸਾ ਹੱਥ ਕਿਤਾਬ ਕੱਛ, ਕੂਜਾ ਬਾਂਗ ਮੁਸੱਲਾ ਧਾਰੀ, ਉਹ ਕੂਜਾ ਜਿਸ ਦੇ ਅੰਦਰ ਪਾਣੀ ਪਾ ਕੇ ਪੰਜ ਇਸ਼ਨਾਨਾਂ ਕਰਦੇ ਸਨ, ਹੱਥ ਪੈਰ ਧੋਂਦੇ ਮੂੰਹ ਧੋਂਦੇ ਸਨ, ਉਹ ਲੋਟਾ ਅਤੇ ਫਿਰ ਉਹ ਬਾਂਗ ਕਿਸ ਤਰ੍ਹਾਂ ਦਿੰਦੇ ਨੇ ਉਹਦੇ ਵੱਲ ਵੀ ਗੌਰ ਕੀਤਾ। ਮੁਸੱਲਾ ਉਹਨਾਂ ਦੇ ਪਾਸ ਉਹ ਫੂੜੀ ਜਿਹੀ ਜਿਹੜੀ ਥੱਲੇ ਵਿਛਾ ਕੇ ਜਿਸ ਆਸਣ ਨੂੰ ਵਿਛਾ ਕੇ ਉੱਤੇ ਬੈਠ ਕੇ ਨਮਾਜ਼ ਅਦਾ ਕਰਦੇ ਸਨ। ਚਲਦੇ ਚਲਦੇ ਜਿਸ ਵੇਲੇ ਉੱਥੇ ਪਹੁੰਚ ਗਏ, ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ, ਜਿੱਥੇ ਆ ਕੇ ਹਾਜੀ ਲੋਕ ਉਹ ਮਸੀਤ ਦਾ ਜਿਹੜਾ ਏਰੀਆ ਹੈ ਕਾਫੀ ਖੁੱਲ੍ਹਾ ਮੈਦਾਨ ਆਲੇ ਦੁਆਲੇ ਵਿਚਕਾਰ ਉਹ ਬਣਿਆ ਹੋਇਆ ਕਾਬਾ ਜਿਸ ਨੂੰ ਕਾਲੇ ਲਿਹਾਫ ਦੇ ਨਾਲ ਹਰ ਵੇਲੇ ਟਕਿਆ ਰਹਿੰਦਾ ਹੈ, ਉਹਦੇ ਬਾਰ ਬਾਰ ਹੀ ਪਰਿਕਰਮਾ ਕਰਦੇ ਨੇ, ਹਰ ਇੱਕ ਨੂੰ ਅੰਦਰ ਜਾਣ ਦੀ ਆਗਿਆ ਨਹੀਂ। ਕਿਉਂਕਿ ਕੱਲ੍ਹ ਅਰਜ ਕੀਤੀ ਸੀ ਅੰਦਰ ਜੋ ਸ਼ਿਵਲਿੰਗ ਹੈ ਉਸਨੂੰ ਦੇਖ ਕੇ ਫਿਰ ਅੱਜ ਤੋਂ ਬਾਅਦ ਇੱਥੇ ਕੋਈ ਮੁਸਲਮਾਨ ਹੱਜ ਕਰਨ ਵਾਸਤੇ ਨਹੀਂ ਆਏਗਾ। ਹਾਂ, ਬਾਹਰ ਕੁਝ ਇੱਕ ਦੋ ਪੱਥਰ ਲਗਾ ਦਿੱਤੇ ਗਏ ਕੋਨਿਆਂ 'ਤੇ, ਸੰਘੇ ਅਸ਼ਵਦ ਜਾਂ ਸ਼ੈਤਾਨ ਵਾਲਾ ਪੱਥਰ, ਇਹਨਾਂ ਨੂੰ ਚੁੰਮ ਕੇ ਬੋਸਾ ਲੈ ਕੇ ਸਜਦਾ ਕਰਕੇ ਤੁਸੀਂ ਅੱਗੇ ਪਰਿਕਰਮਾ ਕਰਕੇ ਹੱਜ ਪੂਰਾ ਕਰ ਸਕਦੇ ਹੋ, ਪਰ ਅੰਦਰ ਜਾਣ ਦੀ ਆਗਿਆ ਨਹੀਂ। ਸਾਧ ਸੰਗਤ ਉਹਨਾਂ ਦੇ ਧਰਮ ਦੇ ਮੁਤਾਬਕ ਉਹਨਾਂ ਨੂੰ ਮੁਬਾਰਕ ਹੈ, ਠੀਕ ਹੈ ਜੋ ਉਹਨਾਂ ਨੇ ਅਸੂਲ ਬਣਾਏ ਨੇ। ਕਹਿੰਦੇ ਰੱਬ ਦਾ ਘਰ ਖੁਦਾ ਦਾ ਘਰ, ਉਹ ਰੱਬ ਦਾ ਘਰ ਖੁਦਾ ਦਾ ਘਰ ਕੈਸਾ ਹੋਇਆ, ਜਿਸ ਘਰ ਰੱਬ ਦੇ ਘਰ ਦੇ ਅੰਦਰ ਇੱਕ ਫਿਰਕੇ ਦੇ ਲੋਕਾਂ ਨੂੰ ਆਉਣ ਦੀ ਇਜਾਜ਼ਤ ਹੈ ਅਤੇ ਦੂਸਰੇ ਫਿਰਕੇ ਦੇ ਲੋਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ। ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਉਪਦੇਸ਼ ਚੌਵਰਨਾ ਕੋਸ਼ਾਂ ਜਾਂ ਹਿੰਦੂ ਮੁਸਲਿਮ ਸਿੱਖ ਈਸਾਈ ਕਿਸੇ ਧਰਮ ਕਿਸੇ ਮਜ੍ਹਬ ਦਾ ਕੋਈ ਆਵੇ, ਇਸੇ ਲਈ ਹਜ਼ੂਰ ਨੇ ਚਾਰ ਦਰਵਾਜ਼ੇ ਰੱਖੇ ਗਏ ਦਰਬਾਰ ਸਾਹਿਬ ਦੇ। ਉਹ ਜਿਹੜਾ ਵੱਡਾ ਸਾਰਾ ਵਿਹੜਾ ਬਣਿਆ ਹੋਇਆ ਦੂਰ ਤੱਕ ਕਾਫੀ ਖੁੱਲ੍ਹੀ ਜਗ੍ਹਾ ਜਿੱਥੇ ਹਜ਼ਾਰਾਂ ਪ੍ਰਾਣੀ ਉੱਥੇ ਬੈਠ ਸਕਦੇ ਹਨ,
ਜਾਂ ਉਹ ਪਰਿਕਰਮਾ ਕਰਕੇ ਚੱਕਰ ਕੱਢ ਸਕਦੇ ਹਨ। ਜੇ ਕਿਸੇ ਨੇ ਝੱਟ ਘੜੀ ਆਰਾਮ ਕਰਨਾ ਹੋਵੇ ਤਾਂ ਉਹ ਵੀ ਉੱਥੇ ਕਰ ਸਕਦਾ ਹੈ। ਜਿੱਥੇ ਹਾਜੀਆਂ ਨੇ ਹਜ ਕਰਨ ਵਾਸਤੇ ਰਾਤ ਬਤੀਤ ਕਰਨੀ ਸੀ ਅਤੇ ਬਾਬਾ ਜੀ ਵੀ ਉੱਥੇ ਜਾ ਪਹੁੰਚੇ, ਜਾਂ ਬਾਬਾ ਸੁੱਤਾ ਰਾਤ ਨੌ ਵੱਲ ਮਹਿਰਾਬੇ ਪਾਏ ਪਸਾਰੀ, ਬਾਬਾ ਜੀ ਲੇਟੇ, ਗੁਰੂ ਨਾਨਕ ਸਾਹਿਬ ਨੂੰ ਪਤਾ ਨਹੀਂ ਸੀ ਕਿ ਇਹ ਲੋਕ ਇਸ ਨੂੰ ਖੁਦਾ ਦਾ ਘਰ ਮੰਨਦੇ ਪਏ ਨੇ ਅਤੇ ਮੈਂ ਉੱਧਰ ਪੈਰ ਨਾ ਕਰਾਂ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਬੇਸ਼ੱਕ ਕਈ ਵਾਰ ਬੱਚੇ ਵੀ ਨਾਲ ਆ ਜਾਂਦੇ ਨੇ ਅਤੇ ਬੱਚੇ ਇੱਧਰ ਨੂੰ ਪੈਰ ਕਰਨ, ਲੱਤਾਂ ਲੰਬੀਆਂ ਕਰ ਲੈਣ ਅਤੇ ਅਸੀਂ ਫੌਰਨ ਉੱਧਰ ਧਿਆਨ ਦਿੰਦੇ ਹਾਂ ਕਿ ਪੈਰ ਇੱਧਰ ਨਹੀਂ ਕਰਨੇ, ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ। ਗੁਰੂ ਨਾਨਕ ਨੂੰ ਨਹੀਂ ਸੀ ਪਤਾ ਇਹ ਖੁਦਾ ਦਾ ਘਰ ਹੈ। ਜਿੱਥੇ ਲੱਖਾਂ ਦੀ ਤਾਦਾਦ ਦੇ ਅੰਦਰ ਇਹ ਲੋਕ ਆ ਕੇ ਸਜਦੇ ਕਰਦੇ ਨੇ, ਨਮਸਕਾਰਾਂ ਕਰਦੇ ਨੇ ਹਜ ਕਰਨ ਵਾਸਤੇ, ਆਪਣੇ ਸੰਸਾਰਿਕ ਰੁਝੇਵਿਆਂ ਦੇ ਵਿੱਚੋਂ ਚੇਚੇ ਤੌਰ 'ਤੇ ਟਾਈਮ ਕੱਢ ਕੇ ਇੱਥੇ ਆ ਕੇ ਨਮਸਕਾਰਾਂ ਕਰਦੇ, ਸਜਦਾ ਕਰਦੇ, ਪਰਿਕਰਮਾ ਕਰਦੇ ਨੇ। ਬਾਬਾ ਜੀ ਨੇ ਜਿਸ ਮਕਸਦ ਲਈ ਉੱਥੇ ਗਏ ਸਨ, ਉਪਦੇਸ਼ ਦੇਣ ਦੇ ਵਾਸਤੇ, ਸਿੱਖੀ ਦਾ ਪ੍ਰਚਾਰ ਕਰਨ ਵਾਸਤੇ, ਸੱਚਾ ਸੁੱਚਾ ਮੁਸਲਮਾਨ ਬਣਨ ਦੇ ਵਾਸਤੇ ਜੋ ਉਹਨਾਂ ਨੇ ਉਪਦੇਸ਼ ਦੇਣਾ ਸੀ, ਉਹ ਫਿਰ ਇਸ ਤਰ੍ਹਾਂ ਨਹੀਂ ਸੀ ਹੋ ਸਕਦਾ। ਬਾਬਾ ਜੀ ਨੇ ਇਹ ਕੌਤਕ ਜਾਣ ਬੁੱਝ ਕੇ ਵਰਤਾਇਆ। ਜਿੱਥੇ ਲੋਕ ਬੈਠੇ ਸਨ, ਕੋਈ ਆਰਾਮ ਵੀ ਕਰ ਰਿਹਾ ਸੀ, ਜਾਂ ਬਾਬਾ ਸੁੱਤਾ ਰਾਤ ਨੌ ਵੱਲ ਮਹਿਰਾਬੇ ਪਾਏ ਪਸਾਰੀ, ਹਜ਼ੂਰ ਨੇ ਆਪਣੇ ਚਰਨ ਉਧਰਲੇ ਪਾਸੇ ਕਰ ਦਿੱਤੇ, ਸਿਰ ਦੂਸਰੇ ਪਾਸੇ ਕਰ ਲਿਆ, ਸ਼ੀਸ਼। ਜਿਸ ਵੇਲੇ ਚਰਨ ਉਧਰ ਕਰ ਦਿੱਤੇ ਅਤੇ ਆਪਣੇ ਆਪਣੇ ਜੋ ਸਾਰਾ ਦਿਨ ਦਾ ਸਫ਼ਰ ਕਰਕੇ ਜਾਂ ਆਲੇ ਦੁਆਲੇ ਕਾਫ਼ੀ ਲੰਬਾ ਚੌੜਾ ਏਰੀਆ ਹੈ, ਪਰਿਕਰਮਾ ਕਰਦਿਆਂ ਕਰਦਿਆਂ ਇਤਨੇ ਰਸ਼ ਦੇ ਅੰਦਰ ਕੋਈ ਥਕਾਵਟ ਵੀ ਮਹਿਸੂਸ ਹੋਈ, ਕੁਝ ਵਿੱਚ ਆਰਾਮ ਵੀ ਕਰ ਰਹੇ ਸਨ, ਕਿਸੇ ਵੱਲ ਕਿਸੇ ਨੇ ਧਿਆਨ ਕੋਈ ਨਾ ਦਿੱਤਾ, ਅਤੇ ਸਤਿਗੁਰੂ ਜੀ ਵੀ ਉੱਥੇ, ਉਹਨਾਂ ਨੇ ਉਸ ਪਾਸੇ ਵੱਲ ਆਪਣੇ ਚਰਨ ਕਰ ਲਏ ਅਤੇ ਸੀਸ ਦੂਸਰੇ ਪਾਸੇ ਵੱਲ ਕਰ ਲਿਆ। ਸਵੇਰੇ ਅੰਮ੍ਰਿਤ ਵੇਲੇ ਜੀਵਨ ਕਾਜੀ ਉੱਥੇ ਆਇਆ। ਜਿਹੜਾ ਜੀਵਨ ਨਾਮ ਹੈ, ਇਹ ਸਾਡੇ ਦੇਸ਼ ਦੇ ਲੋਕਾਂ ਦੇ ਇਸ ਤਰ੍ਹਾਂ ਦੇ ਨਾਮ ਹੁੰਦੇ ਸਨ, ਇਹ ਕਿਸੇ ਹੋਰ ਦੇਸ਼ ਦੇ ਅੰਦਰ ਐਸਾ ਨਾਮ ਸੁਣਨ ਵਿੱਚ ਨਹੀਂ ਆਇਆ। ਹੋ ਸਕਦਾ ਹੈ ਜਿਸ ਤਰ੍ਹਾਂ ਪੁਰਾਤਨ ਸਮੇਂ ਦੇ ਅੰਦਰ ਬਜ਼ੁਰਗ ਤੀਰਥਾਂ 'ਤੇ ਚਲੇ ਜਾਂਦੇ ਸਨ, ਕੋਈ ਮੁਸਲਮਾਨ ਜਾਂ ਹਿੰਦੂ ਤੋਂ ਮੁਸਲਮਾਨ ਬਣਿਆ ਹੋਵੇ, ਜਿਸ ਤਰ੍ਹਾਂ ਤਲਵਾਰ ਦੇ ਜੋੜ ਨਾਲ ਔਰੰਗਜ਼ੇਬ ਨੇ ਬਣਾਏ ਸਨ, ਇਸ ਢੰਗ ਦੇ ਨਾਲ ਕੋਈ ਮੁਸਲਮਾਨ ਬਣਿਆ ਹੋਵੇ ਅਤੇ ਉਹ ਵੀ ਉੱਥੇ ਹੱਜ ਕਰਨ ਵਾਸਤੇ ਹਾਜੀ ਬਣ ਕੇ ਗਿਆ ਹੋਵੇ, ਨਾਮ ਉਹਦਾ ਉਹੀ। ਉਹ ਆਇਆ ਅੰਮ੍ਰਿਤ ਵੇਲੇ ਉੱਥੇ ਝਾੜੂ ਸਫਾਈ ਕਰਨ ਵਾਸਤੇ, ਅਤੇ ਕੀ ਵੇਖਦਾ ਹੈ ਕਿ ਉਸ ਮਹਿਰਾਬੇ ਵੱਲ, ਖੁਦਾ ਦੇ ਘਰ ਵੱਲ ਪੈਰ ਇੱਧਰ ਨੂੰ ਕੀਤੇ ਹੋਏ ਨੇ, ਜਾਂ ਬਾਬਾ ਸੁੱਤਾ ਰਾਤ ਨੌ ਵੱਲ ਮਹਿਰਾਬੇ ਪਾਏ ਪਸਾਰੀ, ਉਸ ਮਹਿਰਾਬ ਉਸ ਕਾਬੇ ਵੱਲ ਜਿਸ ਨੂੰ ਲਿਆਫ ਦੇ ਨਾਲ ਟਕਿਆ ਹੋਇਆ ਹੈ, ਉਧਰ ਚਰਨ ਕੀਤੇ ਹੋਏ ਨੇ ਅਤੇ ਵੇਖ ਕੇ ਉੱਥੇ ਰੁਕ ਗਿਆ। ਬੜੀਆਂ ਤਿਰਛੀਆਂ ਜਿਹੀਆਂ ਨਜ਼ਰਾਂ ਦੇ ਨਾਲ ਵੇਖਦਾ, ਇਹ ਕੌਣ ਆ ਗਿਆ ਇਸ ਵੇਲੇ, ਇਹਨੂੰ ਪਤਾ ਨਹੀਂ ਖੁਦਾ ਦੇ ਘਰ ਵੱਲ ਪੈਰ ਨਹੀਂ ਕਰਨੇ। ਇਤਨੇ ਕ੍ਰੋਧ ਵਿੱਚ ਆਇਆ, ਹੁਣ ਧਰਮੀ ਬੰਦਾ ਕ੍ਰੋਧ ਵਿੱਚ ਆਵੇ ਤੇ ਤੂੰ ਧਰਮੀ ਖਾਕ ਹੈ, ਤੇਰੇ ਅੰਦਰ ਧਰਮ ਕਿੱਥੋਂ ਆਇਆ। ਜੀਵਨ ਮਾਰੀ ਲੱਤ ਤੇ ਕਿਹੜਾ ਸੁੱਤਾ ਕੁਫਰ ਕੁਫਾਰੀ, ਕੋਈ ਕਾਫਰ ਸੁੱਤਾ ਹੋਇਆ, ਉਹ ਖੁਦਾ ਦੇ ਘਰ ਵੱਲ ਪੈਰ ਕਰਕੇ ਆ ਕੇ ਜ਼ੋਰ ਦੀ ਲੱਤ ਮਾਰੀ। ਹਾਲਾਂਕਿ ਬਾਬਾ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਵਧਾਨ ਸਨ। ਜਿਸ ਵੇਲੇ ਉਸਨੇ ਇਸ ਢੰਗ ਦੇ ਨਾਲ ਲੱਤ ਮਾਰੀ ਅਤੇ ਆਖਿਆ ਕਿਹੜਾ ਕਾਫਰ ਸੁੱਤਾ ਹੋਇਆ,
ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਜਗਾਰੀ। ਖੁਦਾ ਦੇ ਘਰ ਵੱਲ ਲੱਤਾਂ ਕਰਕੇ ਇਹ ਕੌਣ ਇਸ ਢੰਗ ਦੇ ਨਾਲ ਅਵੇਸਲਾ ਹੋ ਕੇ ਇਹ ਮੁਨਕਰ ਨਾ ਸ਼ੁਕਰਾ ਜਿਹਾ ਹੋ ਕੇ ਕਾਫਰ ਸੌਂ ਰਿਹਾ ਹੈ। ਜਿਸ ਵੇਲੇ ਇਸ ਢੰਗ ਦੇ ਨਾਲ ਕ੍ਰੋਧ ਵਿੱਚ ਆ ਕੇ ਜ਼ੋਰ ਦੀ ਲੱਤ ਮਾਰੀ ਅਤੇ ਕਾਫਰ ਆਖਿਆ, ਹੋਰ ਪਤਾ ਨਹੀਂ ਕੀ ਕੁਝ ਉਸਨੇ ਬੋਲਿਆ ਹੋਏਗਾ। ਸਤਿਕਾਰਯੋਗ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਥੇ ਸ਼ਬਦ ਜਿਹੜੇ ਵਰਤੇ ਨੇ ਬੜੇ ਸੰਕੋਚ ਵਿੱਚ ਵਰਤੇ ਨੇ। ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਹੋਏ ਪਿਆ ਬਜਗਾਰੀ, ਟੰਗੋਂ ਪਕੜ ਘਸੀਟਿਆ। ਬੰਦਾ ਲੇਟਿਆ ਹੋਵੇ, ਤੱਕਿਆ ਹੋਵੇ, ਉਸਨੂੰ ਇੱਕ ਤਾਂ ਆ ਕੇ ਜ਼ੋਰ ਦੀ ਕੋਈ ਲੱਤ ਮਾਰ ਦੇਵੇ, ਉਹਦੇ ਆਰਾਮ ਦੇ ਅੰਦਰ ਖਲਲ ਪੈ ਜਾਵੇ, ਬੇਆਰਾਮੀ ਹੋ ਜਾਵੇ। ਫਿਰ ਹਜ਼ੂਰ ਦੇ ਚਰਨ ਪਕੜ ਕੇ, ਕਿਉਂ ਇੱਧਰ ਨੂੰ ਪੈਰ ਕੀਤੇ ਨੇ ਖੁਦਾ ਦੇ ਘਰ ਦਾ ਤੈਨੂੰ ਪਤਾ ਨਹੀਂ? ਕਹਿਣ ਲੱਗਾ, ਨਹੀਂ ਮੀਆਂ ਜੀ, ਮੈਂ ਸਫ਼ਰ ਕਰਕੇ ਆਇਆ, ਥੱਕਿਆ ਹੋਇਆ ਸਾਂ, ਪਤਾ ਕੋਈ ਨਹੀਂ ਲੱਗਿਆ ਖੁਦਾ ਦਾ ਘਰ ਕਿਹੜੇ ਪਾਸੇ ਹੈ। ਮੈਂ ਲੇਟ ਗਿਆ, ਜਿੱਧਰ ਖੁਦਾ ਦਾ ਘਰ ਨਹੀਂ ਮੇਰੇ ਪੈਰ ਉੱਧਰ ਕਰਦੇ, ਮੈਂ ਹੁਣ ਉੱਠ ਨਹੀਂ ਸਕਦਾ। ਇਸ ਲਈ ਉਸਨੇ ਟੰਗੋਂ ਪਕੜ ਘਸੀਟਿਆ, ਹਜ਼ੂਰ ਦੀ ਲੱਤ ਪਕੜੀ ਅਤੇ ਉਸਨੂੰ ਟੰਗੋਂ ਦਾ ਭਾਵ ਲੱਤ ਪਕੜ ਕੇ ਘਸੀਟਿਆ ਦੂਸਰੇ ਪਾਸੇ ਕਰਨ ਵਾਸਤੇ। ਫਿਰਿਆ ਮੱਕਾ ਕਲਾ ਦਿਖਾਰੀ, ਜਿਸ ਵੇਲੇ ਪੈਰ ਇੱਧਰੋਂ ਕਰਕੇ ਇੱਧਰਲੇ ਪਾਸੇ ਕੀਤੇ ਤਾਂ ਫਿਰ ਮੁੜ ਕੇ ਪਿੱਛੇ ਵੇਖਦਾ ਮੱਕਾ ਉਹ ਦੂਸਰੇ ਪਾਸੇ ਆ ਗਿਆ। ਹੈਰਾਨ ਹੋਇਆ, ਮੈਂ ਤਾਂ ਇਹਨਾਂ ਦੇ ਪੈਰ ਦੂਸਰੇ ਪਾਸੇ ਕੀਤੇ ਨੇ, ਅਜੇ ਤੱਕ ਇਹਨਾਂ ਦੇ ਪੈਰ ਉਸੇ ਪਾਸੇ ਹੀ ਨੇ। ਉਹਨੂੰ ਨਹੀਂ ਇਹ ਪਤਾ ਲੱਗਾ ਕਿ ਮੱਕਾ ਉੱਧਰੋਂ ਨਹੀਂ ਇੱਧਰ ਆ ਗਿਆ, ਉਹ ਸਮਝਦਾ ਉੱਥੇ ਦਾ ਉੱਥੇ ਹੀ ਹੈ। ਅਤੇ ਮੈਂ ਜਦੋਂ ਪੈਰ ਇਹਨਾਂ ਦੇ ਪਕੜ ਕੇ ਇੱਧਰਲੇ ਪਾਸੇ ਕੀਤਾ, ਮੈਨੂੰ ਹੀ ਭਰਮ ਹੈ ਉਸਨੇ ਉੱਥੋਂ ਫਿਰ ਪਕੜਿਆ ਅਤੇ ਦੂਸਰੇ ਪਾਸੇ ਕੀਤਾ। ਫਿਰ ਕੀ ਵੇਖਦਾ ਹੈ, ਚਾਰੇ ਪਾਸੇ ਪੈਰ ਕਰਨ ਦੇ ਨਾਲ ਕਦੇ ਉੱਧਰ ਕਦੇ ਉੱਧਰ, ਔਰ ਮੱਕੇ ਨੇ ਵੀ ਚਾਰੇ ਪਾਸੇ ਗੁਰੂ ਨਾਨਕ ਦੇ ਚਰਨਾਂ ਦੀ ਪਰਿਕਰਮਾ ਕੀਤੀ। ਕਿਉਂਕਿ ਖੁਦਾ ਖੁਦ ਆਪ ਆਇਆ। ਫਿਰਿਆ ਮੱਕਾ ਕਲਾ ਦਿਖਾਰੀ, ਹੋਏ ਹੈਰਾਨ ਕਰੇਨ ਜੁਆਰੀ, ਪਿੱਛੇ ਹਟ ਗਿਆ, ਹੈਰਾਨ ਹੋ ਗਿਆ, ਇਹ ਕੀ ਬਣਿਆ? ਮੱਕਾ ਜਿਸ ਨੂੰ ਮੈਂ ਖੁਦਾ ਦਾ ਘਰ ਮੰਨਦਾ ਪਿਆ, ਉਹ ਚਾਰ ਚੁਫੇਰੇ ਇਹਦੀ ਪਰਿਕਰਮਾ ਕਰਦਾ ਪਿਆ। ਜਿਵੇਂ ਜਿਵੇਂ ਇਸ ਗੱਲ ਦਾ ਪਤਾ ਲੱਗਾ, ਉਸ ਜੀਵਨ ਕਾਜੀ ਜੋ ਉੱਥੋਂ ਦਾ ਪੁਜਾਰੀ ਸੀ, ਮੁੱਲਾਂ ਸੀ, ਉਸ ਤੋਂ ਬਾਅਦ ਦੂਸਰੇ ਮੁੱਲਾਂ ਨੇ ਵੀ ਆਉਣਾ ਸੀ, ਤੀਸਰਾ ਆਇਆ, ਹੋਰ ਵੀ ਕਈ ਉੱਠ ਕੇ ਖਲੋ ਗਏ। ਕੀ ਹੋਇਆ? ਦੇਖ ਕੇ ਹੈਰਾਨ ਹੋ ਗਏ ਕਿ ਮੱਕੇ ਨੇ ਇਹਨਾਂ ਦੀ ਚਰਨਾਂ ਦੀ ਪਰਿਕਰਮਾ ਕੀਤੀ ਹੈ, ਅਤੇ ਤਮਾਮ ਜਿਤਨੇ ਵੀ ਮੁੱਲਾਂ ਸਨ, ਜਿਤਨੇ ਹਾਜੀ ਹੱਜ ਕਰਨ ਵਾਲੇ ਸਨ, ਸਾਰੇ ਬਾਬੇ ਨੂੰ ਸਾਹਮਣੇ ਹੱਥ ਜੋੜ ਕੇ ਸਜਦੇ ਕਰਨ ਲੱਗ ਪਏ, ਨਮਸਕਾਰਾਂ ਕਰਨ ਲੱਗ ਪਏ। ਹੋਏ ਹੈਰਾਨ ਕਰੇਨ ਜੁਆਰੀ, ਸਜਦਾ ਕਰਦੇ ਨਮਸਕਾਰਾਂ ਕਰਨ ਲੱਗੇ। ਅਤੇ ਹੁਣ ਉਹਨਾਂ ਦੀ ਆਪਸ ਵਿੱਚ ਆਉਣੀ ਹੈ ਗੋਸ਼ਟੀ, ਵਿਚਾਰ ਵਟਾਂਦਰਾ ਆਉਣਾ ਧਾਰਮਿਕ ਮਸਲਿਆਂ 'ਤੇ, ਧਰਮ ਦੇ ਨਾਮ 'ਤੇ। ਅਤੇ ਸਤਿਗੁਰੂ ਉਹਨਾਂ ਨੂੰ ਕੀ ਸਮਝਾਉਂਦੇ ਨੇ, ਉਹ ਅਗਲੀ ਪੌੜੀ ਦੇ ਅੰਦਰ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਇੱਥੇ ਸੰਪੂਰਨਤਾ ਹੈ, ਭੁੱਲਾਂ ਚੁੱਕਾਂ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਨਿਕ ਓਂਕਾਰ ਸਤਿਗੁਰ ਪ੍ਰਸਾਦਿ।